ਕਈ ਵਾਰੀ ਇੰਨਾ ਵੀ ਹੁੰਦਾ ਸੀ ਕਿ ਮੈਂ ਕਰਨਾਲ ਤੋਂ ਦਿੱਲੀ ਟਰੈਵਲ ਕਰਦਾ ਸੀ, ਮੇਰੀ ਜੇਬ 'ਚ 100 ਰੁਪਈਆ ਹੁੰਦਾ ਸੀ, ਅਤੇ ਮੈਂ ਬਿਨਾਂ ਟਿਕਟ ਬੱਸਾਂ 'ਚ ਵੀ ਸਫ਼ਰ ਕੀਤਾ। ਮੈਂ 2-3 ਦਿਨ ਲਈ ਜਿਵੇਂ ਦਿੱਲੀ ਗਿਆ, ਮੈਂ ਕਿਸੇ ਏਜੰਸੀ ਨੂੰ ਜਾਂ ਕਿਸੇ ਲਈ ਕਿਸੇ ਨੂੰ ਮੀਟਿੰਗ, ਕਿਸੇ ਨਾਲ ਮੇਰੀ ਮੀਟਿੰਗ ਹੈਗੀ ਆ, ਮੈਂ ਉਹ ਕਰਨ ਲਈ ਗਿਆ, ਬਟ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀਗੇ। ਕੁਛ ਸਾਲਾਂ ਬਾਅਦ ਰੀਅਲਾਈਜ਼ ਹੋਇਆ ਕਿ ਯਾਰ ਮੈਂ ਵਾਲ ਕੱਟ ਲਏ ਨੇ ਆਪਣੇ। ਫਿਰ ਉਸ ਤੋਂ ਬਾਅਦ ਮੈਂ ਇਹ ਡਿਸੀਜ਼ਨ ਲਿਆ, ਬਾਅਦ 'ਚ ਕੀ ਉਹ ਪਹਿਲਾਂ ਹੀ ਸੀਗਾ, ਐਕਚੁਲੀ ਰੱਬ ਦੀ ਸ਼ੁਰੂ ਤੋਂ ਬਹੁਤ ਕਿਰਪਾ ਰਹੀ ਹੈ, ਕਦੇ ਕਿਸੇ ਮਾੜੇ ਪਾਸੇ ਧਿਆਨ ਨਹੀਂ ਜਾਣ ਦਿੱਤਾ, ਹੈ ਨਾ। ਫਿਰ ਉਸ ਤੋਂ ਬਾਅਦ ਮੈਂ ਡਿਸੀਜ਼ਨ ਲਿਆ ਕਿ ਮੈਂ ਵਾਲ ਤਾਂ ਕੱਟੇ ਨੇ, ਇਹ ਗਲਤ ਕੰਮ ਮੈਂ ਕਰ ਬੈਠਾ, ਹੁਣ ਅਗਾਂਹ ਦੀ ਜਿਹੜੀ ਲਾਈਫ ਹੈ ਮੇਰੀ ਮੈਂ ਐਵੇਂ ਜਿਉਣੀ ਆ ਕਿ ਜਿਵੇਂ ਮੇਰੇ ਘਰ ਵਾਲੇ ਚਾਹੁੰਦੇ ਨੇ। ਮੈਂ ਕਦੇ, ਸਾਡੇ ਘਰ ਕੋਈ ਦਾਰੂ ਨਹੀਂ ਪੀਂਦਾ, ਕੋਈ ਇੱਦਾਂ ਦਾ ਕੁਝ ਨਹੀਂ ਹੈਗਾ, ਸੋ ਮੈਂ ਵੀ ਕਦੇ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਟੱਚ ਨਹੀਂ ਕੀਤਾ। ਹਰ ਰੋਜ਼ ਗੁਰਦੁਆਰਾ ਸਾਹਿਬ ਜਾਈਦਾ, ਵਧੀਆ ਖਾਈ ਪੀਈ ਦਾ, ਚੰਗੀ ਸੋਚ ਰੱਖੀ ਦੀ ਹੈ। ਸੋ ਆਈ ਐਮ ਗਲੈਡ, ਮੈਂ ਬਹੁਤ ਧੰਨਵਾਦੀ ਹਾਂ ਮੇਰੇ ਪਰਿਵਾਰ ਨੂੰ, ਹਾਲੀਵੁੱਡ 'ਚ ਕੰਮ ਕਰਕੇ ਹੀ ਹਟਣਾ ਜੇ। ਆਰੂ ਮਾਰੇ ਲੇਰ ਉਹਨੂੰ ਮਨ ਮੇਰੇ ਨੰਗਲ, ਨਾ ਮੁੜੇ ਆਈਡੈਂਟੀ ਡੇ ਸਿਕਰੇ ਸਿਰ ਉਹਨੂੰ ਨਾ ਮੁੜੇ ਬਿੱਲ। ਤੂੰ ਮੇਰੇ ਤੋਂ ਦੂਰ ਹੈ, ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ, ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ। ਆਪਣੀ ਪੰਜਾਬੀ ਬੋਲੀ, ਆਪਣਾ ਪਿੰਡ, ਆਪਣਾ ਸ਼ਹਿਰ, ਆਪਣਾ ਇਸਟੇਟ, ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਹੀ ਰਹੂਗਾ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਗਾਇਨ ਅਤੇ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੀ ਹਾਂ ਖਾਸ ਮੁਲਾਕਾਤ ਦੇ ਵਿੱਚ। ਅਤੇ ਅੱਜ ਦੀ ਮੁਲਾਕਾਤ ਖਾਸ ਇਸ ਕਰਕੇ ਕਿਉਂਕਿ ਜਿਹੜੀ ਸ਼ਖਸੀਅਤ ਮੇਰੇ ਨਾਲ ਹੈ, ਉਹਨਾਂ ਨੇ ਹਿੰਦੀ ਫਿਲਮਸ ਵਿੱਚ ਕੰਮ ਕੀਤਾ ਹੈ, ਤੇਲਗੂ ਦੇ ਵਿੱਚ ਕੀਤਾ ਹੈ, ਮਲਿਆਲਮ ਦੇ ਵਿੱਚ ਕੀਤਾ ਹੈ, ਚਾਈਨੀਜ਼ ਦੇ ਵਿੱਚ ਕੀਤਾ ਹੈ, ਅਤੇ ਫਾਈਨਲੀ ਪੰਜਾਬੀ ਦੇ ਵਿੱਚ ਵੀ। ਹੁਣ ਉਹ ਮੁੰਡਾ ਐਂਟਰੀ ਕਰ ਚੁੱਕਿਆ। ਜੀ ਹਾਂ, ਮੇਰੇ ਨਾਲ ਨੇ ਵਿਕਰਮਜੀਤ ਵਿਰਕ ਜੀ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਸਭ ਤੋਂ ਪਹਿਲਾਂ ਪੰਜਾਬੀ ਬੰਦੇ ਲਈ ਕਿ ਮਤਲਬ ਯੂ ਹੈਵ ਪ੍ਰੂਵਡ ਕਿ ਲੈਂਗੁਏਜ ਇਜ਼ ਨੋਟ ਅ ਬੈਰੀਅਰ, ਕਿ ਪੰਜਾਬੀ ਮੁੰਡੇ ਲਈ ਕਿੰਨਾ ਕੁ ਸੁਖਾਲਾ ਰਿਹਾ ਹੈਗਾ ਯਾਰ, ਚਾਈਨੀਜ਼ ਫਿਲਮ ਵੀ ਕਰਨਾ, ਮਲਿਆਲਮ ਤੇਲਗੂ ਫਿਲਮਸ ਵੀ ਕਰਨਾ। ਦੇਖੋ ਜੀ, ਜਦੋਂ ਕੋਈ ਵੀ ਕੰਮ ਤੁਸੀਂ ਸ਼ੁਰੂ ਕਰਦੇ ਹੋ, ਸ਼ੁਰੂ 'ਚ ਤੁਹਾਨੂੰ ਬਹੁਤ ਔਕੜਾਂ ਆਉਂਦੀਆਂ ਨੇ, ਹੈ ਨਾ ਜੀ, ਬਹੁਤ ਔਖਾ ਟਾਈਮ ਫੇਸ ਕਰਨਾ ਪੈਂਦਾ। ਜਦੋਂ ਮੈਂ ਸ਼ੁਰੂ ਕੀਤਾ ਸੀਗਾ, ਮੈਂ 11th ਕਲਾਸ 'ਚ ਪੜ੍ਹਦਾ ਸੀਗਾ, ਕਰਨਾਲ ਤੋਂ ਬਿਲੋਂਗ ਕਰਦਾ ਮੈਂ, ਛੋਟਾ ਜਿਹਾ ਪਿੰਡ ਹੈ ਮੇਰਾ ਠਰਵਾ ਮਾਜਰਾ। ਸੋ ਉੱਥੋਂ ਸਕੂਲ ਪੜ੍ਹਦਿਆਂ ਹੀ ਮੈਨੂੰ ਮੇਰੇ ਨਾਲ ਦੇ ਜਿਹੜੇ ਮੇਰੇ ਕੋ ਆਪਣਾ ਕਲਾਸਮੇਟ ਸੀਗੇ, ਉਹਨਾਂ ਨੇ ਹੀ ਮੈਨੂੰ ਦੱਸਿਆ ਕਿ ਯਾਰ ਤੇਰੀ ਹਾਈਟ ਵਧੀਆ, ਤੇਰੇ ਗੁੱਡ ਲੁਕਿੰਗ ਬੋਏ ਪਰਸਨੈਲਿਟੀ ਆ, ਯੂ ਸ਼ੁੱਡ ਬੀ ਅ ਮਾਡਲ। ਸੋ ਉਹ ਮੈਨੂੰ ਕਾਫੀ ਚੰਗੀ ਤਰ੍ਹਾਂ ਠੋਕ ਕੇ ਕਹਿੰਦੇ ਸੀ ਸਾਰੇ ਜਣੇ, ਹੈ ਨਾ। ਸੋ ਹੌਲੀ ਹੌਲੀ ਚੀਜ਼ ਮੇਰੇ ਮਨ 'ਚ ਆ ਗਈ, ਪਹਿਲਾਂ ਹਾਲਾਂਕਿ ਹੈ ਨਹੀਂ ਸੀ, ਮੈਂ ਖੇਡ ਖੁਡ ਵਧੀਆ ਕਰਦਾ ਸੀਗਾ, ਮੈਂ ਬਾਸਕਿਟਬਾਲ ਦਾ ਚੰਗਾ ਪਲੇਅਰ ਸੀਗਾ ਅਤੇ ਹੋਰ ਵੀ ਮੈਂ ਖੇਡਾਂ ਕਰਦਾ ਸੀ, ਮੈਂ ਉਹਨਾਂ 'ਚ ਬਿਜ਼ੀ ਰਹਿੰਦਾ ਸੀ। ਫਿਰ ਉਹ ਹੌਲੀ ਹੌਲੀ ਚੀਜ਼ ਮੇਰੇ ਮਨ 'ਚ ਆਈ, ਫਿਰ ਮੈਂ ਫਾਈਨਲ ਡਿਸੀਜ਼ਨ ਲਿਆ ਕਿ ਮੈਂ ਮਾਡਲਿੰਗ ਕਰੂੰਗਾ। ਐਂਡ ਦੈਨ ਆਫਟਰ ਮਾਈ 12th ਆਈ ਵੈਂਟ ਟੂ ਦਿੱਲੀ ਯੂਨੀਵਰਸਿਟੀ, ਮੈਂ ਗ੍ਰੈਜੂਏਸ਼ਨ ਵਿੱਚ ਐਡਮਿਸ਼ਨ ਲੈ ਲਿਆ, ਮਾਡਲਿੰਗ ਸ਼ੁਰੂ ਕਰਤੀ, ਫਿਰ ਗ੍ਰੈਜੂਏਸ਼ਨ ਕਰਕੇ ਬੋਂਬੇ ਗਿਆ, ਮਾਡਲਿੰਗ ਕਰਦਾ ਰਿਹਾ, ਫਿਰ ਫਿਲਮਾਂ ਦੇ ਵਿੱਚ ਸ਼ੁਰੂਆਤ ਹੋਈ, ਹੈ ਨਾ। ਪਹਿਲੀ ਫਿਲਮ ਸੀਗੀ ਮੇਰੀ ਖੇਲੇ ਹਮ ਜੀ ਜਾਨ ਸੇ, ਆਸ਼ੂਤੋਸ਼ ਗਵਾਰੀਕਰ ਜੀ ਨੇ ਡਾਇਰੈਕਟ ਕੀਤੀ ਸੀ, ਉਹਦੇ 'ਚ ਛੋਟਾ ਜਿਹਾ ਇੱਕ ਪਾਰਟ ਸੀਗਾ ਮੇਰਾ ਅਸਨਉੱਲਾ ਖਾਨ ਦਾ, ਜਿਹੜਾ ਮੈਨੂੰ ਮੌਕਾ ਮਿਲਿਆ ਪਲੇ ਕਰਨ ਦਾ, ਵਧੀਆ ਕਿਰਦਾਰ ਸੀਗਾ ਜੋ ਮੈਨੂੰ ਪਲੇ ਕਰਨ ਲਈ ਮਿਲਿਆ ਸੀਗਾ, ਮੈਂ ਉਹ ਬਖੂਬੀ ਨਿਭਾਇਆ ਅਤੇ ਡਾਇਰੈਕਟਰ ਸਾਹਿਬ ਸੰਤੁਸ਼ਟ ਸੀਗੇ ਮੇਰੇ ਤੋਂ। ਉਸ ਤੋਂ ਬਾਅਦ ਮੈਂ ਇੱਕ ਦਿਨ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਟਰੈਵਲ ਕਰ ਰਿਹਾ ਸੀਗਾ ਬੰਬੇ, ਅਚਾਨਕ ਮੈਨੂੰ ਕਿਸੇ ਬੰਦੇ ਦਾ ਫੋਨ ਆਉਂਦਾ ਅਤੇ ਉਹ ਮੈਨੂੰ ਕਹਿੰਦਾ ਕਿ ਤੁਸੀਂ ਹੁਣੇ ਸਾਡੇ ਇਸ ਹੋਟਲ 'ਚ ਆ ਸਕਦੇ ਹੋ। ਮੈਂ ਕਿਹਾ ਯਾਰ ਮੈਂ ਤਾਂ 10 ਮਿੰਟ ਦੀ ਦੂਰੇ 'ਤੇ ਹਾਂ, ਮੈਂ ਆ ਸਕਦਾ ਉੱਥੇ? ਸਨ ਐਂਡ ਸੈਂਡ ਕਰਕੇ ਹੋਟਲ ਆ ਇੱਕ ਜੂਹੂ 'ਚ, ਮੈਂ ਗਿਆ ਅਤੇ ਉੱਥੇ ਇੱਕ ਬੰਦੇ ਨੂੰ ਮਿਲਿਆ ਅਤੇ ਉਹਨਾਂ ਮੈਨੂੰ ਵੇਖਿਆ ਅਤੇ ਹੀ ਜਸਟ ਲੁਕਡ ਐਟ ਮੀ ਲਾਈਕ ਥੱਲੇ ਐਂਡ ਸ਼ਕਲ ਐਂਡ ਹੀਜ਼ ਲਾਈਕ ਓਕੇ। ਅੱਛਾ, ਸੋ ਉਹ ਮੇਰੀ ਪਹਿਲੀ ਸਾਊਥ ਇੰਡੀਅਨ ਫਿਲਮ ਕੈਸਨੋਵਾ, ਜੇ ਤੁਸੀਂ ਜਾਣਦੇ ਹੋ, ਉਹ ਮੋਹਨ ਲਾਲ ਕਾਫੀ ਵੱਡੇ ਸਟਾਰ ਨੇ, ਉਹਨਾਂ ਦੇ ਓਪੋਜ਼ਿਟ ਲੀਡ ਵਿਲਨ ਦਾ ਰੋਲ ਸੀਗਾ। ਸੋ ਮੈਂ ਹੈਰਾਨ ਸੀਗਾ ਕਿ ਯਾਰ ਇਸ ਬੰਦੇ ਨੇ ਮੇਰਾ ਨਾਂ ਤੱਕ ਨਹੀਂ ਪੁੱਛਿਆ, ਇਹ ਬੰਦਾ ਕਿਵੇਂ ਮੇਰੇ ਤੋਂ ਐਕਟਿੰਗ ਕਰਾਊਗਾ, ਪੁੱਛ ਤਾਂ ਲਾਏ ਵੀ ਕਿਤੇ ਮੈਂ ਗੂੰਗਾ ਹੀ ਨਾ ਹੋਵਾਂ, ਮੈਨੂੰ ਬੋਲਣਾ ਵੀ ਆਉਂਦਾ ਕਿ ਨਹੀਂ। ਸੋ ਉਹ ਬੰਦੇ, ਪਹਿਲੀ ਗੱਲ ਤਾਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਇਹ ਵੇਖ ਕੇ ਪਤਾ ਲੱਗ ਜਾਂਦਾ ਕਿ ਇਹ ਬੰਦਾ ਸਾਡੇ 'ਚ ਫਿੱਟ ਹੈ, ਆਪਾਂ ਕੰਮ ਇਹ ਤੋਂ ਕਰਾ ਲੈਣਾ। ਬਟ ਪਹਿਲੀ ਫਿਲਮ ਦੀ ਜਦੋਂ ਸ਼ੂਟਿੰਗ ਸ਼ੁਰੂ ਹੋਈ, ਉਹ ਸਾਰੀ ਫਿਲਮ ਅਸੀਂ ਦੁਬਈ ਸ਼ੂਟ ਕੀਤੀ ਸੀ, ਜਦੋਂ ਸ਼ੂਟਿੰਗ ਸ਼ੁਰੂ ਹੋਈ ਅਤੇ ਹੁਣ ਮਲਿਆਲਮ ਅਤੇ ਪੰਜਾਬੀ ਦਾ ਤਾਂ ਕੋਈ ਲੈਣ ਦੇਣ ਹੀ ਹੈ ਨਹੀਂ, ਆਪਾਂ 1% ਮੇਲ ਨਹੀਂ ਹੈਗਾ। ਸੋ ਉਹਦੇ ਰੱਟੇ ਲਾਣੇ ਕਰਨੇ, ਇੱਕ ਇੱਕ ਘੰਟਾ 2-2 ਘੰਟੇ ਰੱਟੇ ਲਾਣੇ ਕਰਨੇ, ਜਿਹੜੇ ਵੀ ਮੇਰੇ ਡਾਇਲੋਗ, ਜਿਹੜੇ ਮੇਰੇ ਸੀਨ ਹੁੰਦੇ ਸੀਗੇ, ਇੱਕ ਅਸਿਸਟੈਂਟ ਡਾਇਰੈਕਟਰ ਸਪੈਸ਼ਲੀ ਮੇਰੇ ਨਾਲ ਛੱਡਿਆ ਹੋਇਆ ਸੀ ਉਹਨਾਂ ਨੇ ਕਿ ਇਹਨੂੰ ਤਿਆਰ ਕਰਾ ਕੇ ਲਿਆਓ ਚੰਗੀ ਤਰ੍ਹਾਂ, ਟਰਾਂਸਲੇਟ ਵੀ ਕਰ ਦਿੰਦੇ, ਟਰਾਂਸਲੇਟ ਹਾਂਜੀ ਉਹ ਚੀਜ਼ ਆਬਜ਼ਰਵ ਵੀ, ਹਾਂਜੀ ਆਬਜ਼ਰਵ ਕਰਨਾ ਬਹੁਤ ਮੁਸ਼ਕਿਲ ਹੁੰਦਾ ਜਦੋਂ ਜਿਹੜੀ ਭਾਸ਼ਾ ਬਾਰੇ ਤੁਹਾਨੂੰ ਪਤਾ ਨਹੀਂ ਹੈਗਾ, ਤੁਸੀਂ ਉਹ ਭਾਸ਼ਾ ਦਾ ਸੀਨ ਪੜ੍ਹਨਾ ਆ, ਉਹਨੂੰ ਸਮਝਣਾ ਆ,
ਫਿਰ ਕੋਈ ਹੋਰ ਭਾਸ਼ਾ ਬੋਲ ਕੇ ਤੁਸੀਂ ਐਕਸਪ੍ਰੈਸ ਕਰਨੀ ਹੈ ਆਪਣੀ ਫੀਲਿੰਗ, ਜੋ ਵੀ ਤੁਸੀਂ ਉਸ ਸੀਨ ਦੇ ਰਾਹੀਂ ਕਹਿਣਾ ਚਾਹੁੰਦੇ ਹੋ, ਉਹ ਬਹੁਤ ਮੁਸ਼ਕਿਲ ਕੰਮ ਹੈ। ਬਟ ਮੈਂ ਹਮੇਸ਼ਾ ਕਹਿੰਦਾ ਹੁੰਦਾ ਕਿ ਟਾਈਮ ਤੁਹਾਨੂੰ ਸਾਰਾ ਕੁਝ ਸਿਖਾ ਦਿੰਦਾ। ਉਹ ਪਹਿਲੀ ਫਿਲਮ 'ਚ ਮੈਨੂੰ ਥੋੜ੍ਹੀ ਜਿਹੀ ਔਖਿਆਈ ਆਈ ਹੈ ਨਾ, ਮੈਨੂੰ ਥੋੜ੍ਹਾ ਜਿਹਾ ਜ਼ਿਆਦਾ ਮਿਹਨਤ ਕਰਨੀ ਪਈ, ਕਾਫੀ ਟਾਈਮ ਲੱਗਾ ਮੈਨੂੰ। ਬਟ ਉਸ ਤੋਂ ਬਾਅਦ ਹੌਲੀ ਹੌਲੀ ਸਾਰਾ ਕੁਝ ਆਪਣੇ ਆਪ ਹੁੰਦਾ ਗਿਆ, ਜਿਵੇਂ ਫਿਰ ਹੌਲੀ ਹੌਲੀ ਬੰਦਾ ਐਕਸਪੀਰੀਅੰਸ ਨਾਲ ਸਭ ਕੁਝ ਸਿੱਖ ਜਾਂਦਾ। ਫਿਰ ਮੈਂ ਤੇਲਗੂ ਫਿਲਮਾਂ ਕੰਮ 'ਚ ਕੰਮ ਕਰਨਾ ਸ਼ੁਰੂ ਕੀਤਾ, ਫਿਰ ਬਸ ਆਪੇ ਰੱਬ ਨੇ ਟਾਈਮ ਨਾਲ ਸਾਰਾ ਕੁਝ ਸਿਖਾਤਾ ਜੀ। ਆ ਮਾਡਲਿੰਗ ਦਾ ਜਿਹੜਾ ਸਫ਼ਰ ਹੈ, ਤੁਸੀਂ ਕਿਹਾ ਯਾਰਾਂ ਦੋਸਤਾਂ ਨੇ ਤੁਹਾਨੂੰ ਪੰਪ ਅਪ ਕੀਤਾ ਕਿ ਨਹੀਂ ਯੂ ਵਾਂਟ ਟੂ ਬੀ ਅ ਮਾਡਲ, ਹੈ ਨਾ, ਤੁਸੀਂ ਮਾਡਲ ਬਣੋ, ਪਰ ਫੈਮਿਲੀ ਵੱਲੋਂ ਕੀ ਸਪੋਰਟ ਰਹੀ? ਕਿਉਂਕਿ ਜਿੱਦਾਂ ਤੁਸੀਂ ਕਿਹਾ ਇੱਕ ਬਹੁਤ ਛੋਟੇ ਜਿਹੇ ਪਿੰਡ ਤੋਂ ਤੁਸੀਂ ਹੋ, ਔਰ ਪਿੰਡਾਂ ਦਾ ਮਾਹੌਲ ਇਹੀ ਹੁੰਦਾ ਹੈ ਕਿ ਯੂਜਲੀ ਪੇਰੈਂਟਸ ਇਹੀ ਕਹਿੰਦੇ ਕਿ ਇਹ ਕੰਮਾਂ ਦੇ ਵਿੱਚ ਬਹੁਤ ਸਟਰਗਲ ਹੈ, ਸ਼ਿਓਰਿਟੀ ਨਹੀਂ ਹੈ ਕਿ ਸੈਟਲ ਹੋਵੋਗੇ ਜਾਂ ਨਹੀਂ ਹੋਵੋਗੇ। ਪੇਰੈਂਟਸ ਦਾ ਕੀ ਕਹਿਣਾ ਸੀਗਾ ਕਿ ਹਾਂ ਚਲੇ ਜਾਓ ਪਰ ਪੜ੍ਹਾਈ 'ਤੇ ਵੀ ਫੋਕਸ ਰੱਖਣਾ ਹੈ ਕਿ ਜੇ ਨਹੀਂ ਕੁਛ ਬਣਿਆ ਤਾਂ ਆਪਣੇ ਪੱਲੇ ਪੜ੍ਹਾਈ ਹੋਵੇ? ਪੇਰੈਂਟਸ ਨੇ ਜੀ ਬੱਚੇ ਨੂੰ ਹਮੇਸ਼ਾ ਪੜ੍ਹਾਈ ਪੜ੍ਹਾਈ ਕਰਦੇ ਰਹਿੰਦੇ ਨੇ। ਮੇਰੇ ਖਿਆਲ 'ਚ ਜਿੰਨੀ ਕੁ ਸਮਝ ਮੈਨੂੰ ਹੈ, ਮੈਨੂੰ ਲੱਗਦਾ ਕਿ ਪੜ੍ਹਾਈ ਹੀ ਸਾਰਾ ਕੁਝ ਨਹੀਂ ਹੁੰਦੀ। ਪੜ੍ਹਨਾ ਵੀ ਜ਼ਰੂਰੀ ਹੈ ਬਟ ਪੜ੍ਹਾਈ ਦੇ ਨਾਲ ਤੁਹਾਡੀ ਹੋਰ ਗਰੋਥ ਵੀ, ਫਿਜ਼ੀਕਲ ਗਰੋਥ ਵੀ, ਸਾਰੀ ਤਰ੍ਹਾਂ ਦੀ ਗਰੋਥ ਜ਼ਰੂਰੀ ਹੈ। ਤੁਹਾਨੂੰ ਆਪਣੇ ਆਪ 'ਤੇ ਸਟੈਂਡ ਹੋਣਾ ਜ਼ਰੂਰੀ ਹੈ। ਜਦੋਂ ਤੁਸੀਂ ਪੜ੍ਹਦੇ ਵੀ ਹੋ ਤੁਹਾਨੂੰ ਲੋਕਾਂ 'ਚ ਵਿਚਰਨਾ, ਸਮਾਜ 'ਚ ਵਿਚਰਨਾ ਕਿਵੇਂ, ਉਹ ਵੀ ਆਉਣਾ ਚਾਹੀਦਾ। ਮੇਰੀਆਂ ਤੁਸੀਂ ਕਿਤਾਬਾਂ ਪੜ੍ਹੀ ਜੋ ਵੀ ਸੰਨ 1947 'ਚ ਕੀ ਹੋਇਆ ਸੀ, ਫਲਾਣੇ ਸਾਲ ਦੀ ਕ੍ਰਾਂਤੀ 'ਚ ਕੀ ਹੋਇਆ ਸੀ, ਫਲਾਣਾ ਸੀ ਫਲਾਣਾ ਸੀ, ਉਹ ਐਵੇਂ ਉਹਦੇ 'ਚ ਨਾਲ ਤੁਹਾਡਾ ਮਾਇੰਡ ਇੰਨਾ ਡਿਵੈਲਪ ਨਹੀਂ ਹੁੰਦਾ। ਸੋ ਮੈਨੂੰ ਵੀ ਬਹੁਤ ਔਕੜਾਂ ਸੀਗੀਆਂ। ਮੇਰੇ ਫਾਦਰ, ਸਾਡੇ ਪਰਿਵਾਰ 'ਚ ਸਾਰੇ ਗੁਰਸਿੱਖ ਨੇ। ਮੈਂ ਪਹਿਲਾ ਬੰਦਾ ਜਿਹਨੇ ਵਾਲ ਕੱਟੇ, ਉਹ ਵੀ ਇਸ ਕਰਕੇ ਕਿ ਮੈਂ ਮਾਡਲ ਬਣਨਾ ਚਾਹੁੰਦਾ ਸੀ। ਮੇਰੇ 'ਚ ਹਿੰਮਤ ਹੈ ਨਹੀਂ ਸੀ, ਬਹੁਤ ਹਿੰਮਤ ਕਰਕੇ ਮੈਂ ਕਰ ਪਾਇਆ। ਅਤੇ ਮੈਂ ਬਹੁਤ ਆਪਣੇ ਆਪ 'ਚ ਦੁਖੀ ਸੀਗਾ। ਮੇਰੇ ਫਾਦਰ ਸਾਹਿਬ ਮੇਰੇ ਨਾਲ ਬਹੁਤ ਗੁੱਸੇ ਹੋ ਗਏ, ਮੇਰੇ ਨਾਲ ਬਹੁਤ ਟਾਈਮ ਗੱਲ ਨਹੀਂ ਕੀਤੀ ਉਹਨਾਂ ਨੇ, ਔਰ ਉਹ ਮੈਨੂੰ ਇਹ ਕਹਿਣ ਲੱਗ ਪਏ ਕਿ ਤੂੰ ਮੇਰੇ ਤੋਂ ਦੂਰ ਹੈ, ਮੇਰਾ ਤੇਰੇ ਨਾਲ ਕੋਈ ਰਿਸ਼ਤਾ ਨਹੀਂ ਹੈਗਾ, ਤੂੰ ਮੇਰੇ ਨਾਲ ਗੱਲ ਨਹੀਂ ਕਰਨੀ ਅੱਜ ਤੋਂ ਬਾਅਦ। ਅਤੇ ਮੈਂ ਉਦੋਂ ਛੋਟਾ ਸੀਗਾ, ਮੈਂ 19 ਸਾਲ ਦਾ ਸੀਗਾ, 18-19 ਸਾਲ ਦਾ, ਉਦੋਂ ਸ਼ਾਇਦ ਇੰਨਾ ਮੈਨੂੰ ਜ਼ਿਆਦਾ ਪਤਾ ਨਹੀਂ ਸੀਗਾ, ਹੈ ਨਾ। ਲੇਕਿਨ ਮੈਂ ਇਹ ਰਿਅਲਾਈਜ਼ ਕੀਤਾ ਕਿ ਉਹ ਆਪਣੀ ਥਾਂ 'ਤੇ ਬਿਲਕੁਲ ਸਹੀ ਨੇ, ਗਲਤ ਮੈਂ ਹੀ ਹਾਂ, ਹੈ ਨਾ। ਅਤੇ ਹੌਲੀ ਹੌਲੀ ਮੈਨੂੰ ਉਸ ਚੀਜ਼ ਦਾ ਰਿਅਲਾਈਜ਼ ਵੀ ਹੋਇਆ ਲੇਟ ਆ ਕੇ। ਬਟ ਔਕੜਾਂ ਬਹੁਤ ਆਈਆਂ। ਫੈਮਿਲੀ ਵਾਲੇ ਹਮੇਸ਼ਾ ਇਹੀ ਚਾਹੁੰਦੇ ਸੀ ਕਿ ਯਾਰ ਤੂੰ ਪੜ੍ਹ ਲਿਖ ਜਾ, ਕੋਈ ਵਧੀਆ ਨੌਕਰੀ ਕਰ ਲਈ, ਤਾਂ ਨਹੀਂ ਤਾਂ ਮੇਰੀ ਮੰਮੀ ਦਾ ਸੁਪਨਾ ਸੀ ਕਿ ਯਾਰ ਤੁਸੀਂ ਚੰਗੇ ਆਪਣਾ ਰੋਪੜ ਗੁਰਮਤਿ ਵਿੱਦਿਆ ਲੈ, ਉੱਥੇ ਜਾ ਕੇ ਕੁਛ ਗੁਰਮਤਿ ਵਿੱਦਿਆ ਲਓ ਅਤੇ ਤੁਸੀਂ ਬਾਬਿਆਂ ਵਾਲੇ ਪਾਸੇ ਲੱਗੋਗੇ, ਕਿਹੜੇ ਚੱਕਰਾਂ 'ਚ ਪਏ ਹੋ। ਬਟ ਮੇਰੇ ਉਹ ਦਿਲ 'ਚ ਘਰ ਕਰ ਗਈ ਸੀ ਉਹ ਚੀਜ਼, ਮੈਂ ਉਹੀ ਕਰਨਾ ਸੀ। ਸੋ ਫਿਰ ਜਿਵੇਂ ਵੀ ਕਰਕੇ ਮੈਨੂੰ ਜੋ ਵੀ ਔਕੜਾਂ ਆਈਆਂ ਮੇਰੇ ਰਾਹ 'ਚ, ਜੋ ਵੀ ਹੋਇਆ, ਪਰ ਮੈਂ ਹਾਰ ਨਹੀਂ ਮੰਨੀ ਕਦੇ। ਕਈ ਵਾਰੀ ਇੰਨਾ ਵੀ ਹੁੰਦਾ ਸੀ ਕਿ ਮੈਂ ਕਰਨਾਲ ਤੋਂ ਦਿੱਲੀ ਟਰੈਵਲ ਕਰਦਾ ਸੀ, ਮੇਰੀ ਜੇਬ 'ਚ 100 ਰੁਪਈਆ ਹੁੰਦਾ ਸੀ, ਅਤੇ ਮੈਂ ਬਿਨਾਂ ਟਿਕਟ ਬੱਸਾਂ 'ਚ ਵੀ ਸਫ਼ਰ ਕੀਤਾ। ਮੈਂ 2-3 ਦਿਨ ਲਈ ਜਿਵੇਂ ਦਿੱਲੀ ਗਿਆ, ਮੈਂ ਕਿਸੇ ਏਜੰਸੀ ਨੂੰ ਜਾਂ ਕਿਸੇ ਲਈ ਕਿਸੇ ਨੂੰ ਮੀਟਿੰਗ, ਕਿਸੇ ਨਾਲ ਮੇਰੀ ਮੀਟਿੰਗ ਹੈਗੀ ਆ, ਮੈਂ ਉਹ ਕਰਨ ਲਈ ਗਿਆ। ਬਟ ਮੇਰੇ ਕੋਲ ਪੈਸੇ ਨਹੀਂ ਹੁੰਦੇ ਸੀਗੇ, ਬਟ ਮੈਂ ਹਾਰ ਨਹੀਂ ਮੰਨੀ। ਜੱਟ ਕਹਿੰਦਾ ਵੀ ਹੁਣ ਤਾਂ ਦੱਬੀ ਚੱਲਣੀ ਹੈ ਕਿੱਲੀ, ਤਾਂ ਹੀ ਜਿਹੜਾ ਹੈਗਾ ਉਹ ਇੱਕ ਸਟਰਗਲ ਹੀ ਹੈ। ਜਿਹੜੇ ਇੰਨੇ ਤੁਸੀਂ ਵਰਸਟਾਈਲ ਹੋ ਗਏ, ਇੰਨੀ ਲੈਂਗੁਏਜਸ ਦੇ ਵਿੱਚ ਤੁਸੀਂ ਕੰਮ ਕਰ ਰਿਹਾ, ਤੁਹਾਨੂੰ ਲੈਂਗੁਏਜ ਵੀ ਬੈਰੀਅਰ ਨਹੀਂ ਲੱਗੀ? ਹਾਂਜੀ ਬਿਲਕੁਲ। ਅਤੇ ਜਿਹੜਾ ਤੁਸੀਂ ਕਿਹਾ ਕਿ ਘਰਦਿਆਂ ਨੂੰ ਇਹ ਸੀਗਾ ਕਿ ਹਾਂ ਗੁਰਸਿੱਖ ਤਰੀਕੇ ਨਾਲ ਹੀ ਮੈਂ ਰਵਾਂ ਜੀਵਾਂ, ਜੇ ਵਿਕਰਮ ਅੱਜ ਐਕਟਰ ਨਾ ਹੁੰਦੇ ਤਾਂ ਕੀ ਹੁੰਦੇ ਘਰਦਿਆਂ ਦੇ ਅਕੋਰਡਿੰਗ? ਨਹੀਂ ਕੀ ਹੁੰਦੇ ਮੇਰੇ ਖਿਆਲ 'ਚ, ਜਾਂ ਤਾਂ ਮੈਂ ਕਿਸੇ ਸਪੋਰਟਸ 'ਚ ਹੁੰਦਾ, ਹੈ ਨਾ, ਸਪੋਰਟਸ ਮੈਂ ਬਾਸਕਿਟਬਾਲ ਟੀਮ ਦੀ ਹੋ ਸਕਦਾ ਹਾਂ, ਜਾਂ ਮੈਂ ਕਬੱਡੀ ਖੇਡਣ ਦਾ ਮੈਨੂੰ ਬਹੁਤ ਸ਼ੌਂਕ ਸੀ, ਉੱਧਰ ਹੋ ਸਕਦਾ ਸੀ, ਜਾਂ ਹੋਰ ਹੋ ਸਕਦਾ ਕੋਈ ਪੜ੍ਹਾਈ ਲਿਖਾਈ ਕਰਕੇ ਕਿਸੇ, ਜੋ ਸਾਡੀ ਜੱਟਾਂ ਦੇ ਪਿੰਡਾਂ ਦੀ ਸੋਚ ਹੁੰਦੀ ਹੈ ਨੋਰਮਲੀ, ਪੁਲਿਸ 'ਚ ਕਿਸੇ ਚੰਗੇ ਪੋਸਟ 'ਤੇ ਲੱਗਿਆ ਹੁੰਦਾ, ਯੂ ਨੋ ਸਮਥਿੰਗ ਲਾਈਕ ਦੈਟ ਆਈ ਸੀ ਮਾਈਸੈਲਫ। ਬਟ ਆਈ ਐਮ ਗਲੈਡ ਕਿ ਮੈਂ ਇਹ ਫੀਲਡ ਚੁਣੀ ਅਤੇ ਅੱਜ ਮੈਂ ਇੱਥੇ ਹਾਂ, ਐਂਡ ਆਈ ਐਮ ਵੈਰੀ ਲੱਕੀ। ਮੈਂ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ। ਔਰ ਦੂਜੀ ਗੱਲ, ਮੈਂ ਇੱਕ ਹੋਰ, ਮੈਨੂੰ ਉਸ ਤੋਂ ਬਾਅਦ ਜਦੋਂ ਮੈਂ ਹੁਣੇ ਕਹਿੰਦਾ ਸੀ ਕਿ ਮੈਨੂੰ ਕੁਛ ਸਾਲਾਂ ਬਾਅਦ ਰਿਅਲਾਈਜ਼ ਹੋਇਆ ਕਿ ਯਾਰ ਮੈਂ ਵਾਲ ਕੱਟ ਲਏ ਨੇ ਆਪਣੇ, ਫਿਰ ਉਸ ਤੋਂ ਬਾਅਦ ਮੈਂ ਇਹ ਡਿਸੀਜ਼ਨ ਲਿਆ। ਬਾਅਦ 'ਚ ਕੀ ਉਹ ਪਹਿਲਾਂ ਹੀ ਸੀਗਾ, ਐਕਚੁਲੀ ਰੱਬ ਦੀ ਸ਼ੁਰੂ ਤੋਂ ਬਹੁਤ ਕਿਰਪਾ ਰਹੀ ਹੈ, ਕਦੇ ਕਿਸੇ ਮਾੜੇ ਪਾਸੇ ਧਿਆਨ ਨਹੀਂ ਜਾਣ ਦਿੱਤਾ, ਹੈ ਨਾ। ਫਿਰ ਉਸ ਤੋਂ ਬਾਅਦ ਮੈਂ ਡਿਸੀਜ਼ਨ ਲਿਆ ਕਿ ਮੈਂ ਵਾਲ ਤਾਂ ਕੱਟੇ ਨੇ, ਇਹ ਗਲਤ ਕੰਮ ਮੈਂ ਕਰ ਬੈਠਾ, ਹੁਣ ਅਗਾਂਹ ਦੀ ਜਿਹੜੀ ਲਾਈਫ ਹੈ ਮੇਰੀ ਮੈਂ ਐਵੇਂ ਜਿਉਣੀ ਹੈ ਕਿ ਜਿਵੇਂ ਮੇਰੇ ਘਰ ਵਾਲੇ ਚਾਹੁੰਦੇ ਨੇ। ਮੈਂ ਕਦੇ, ਸਾਡੇ ਘਰ ਕੋਈ ਦਾਰੂ ਨਹੀਂ ਪੀਂਦਾ, ਕੋਈ ਇੱਦਾਂ ਦਾ ਕੁਝ ਨਹੀਂ ਹੈਗਾ। ਸੋ ਮੈਂ ਵੀ ਕਦੇ ਅੱਜ ਤੱਕ ਉਹਨਾਂ ਚੀਜ਼ਾਂ ਨੂੰ ਟੱਚ ਨਹੀਂ ਕੀਤਾ। ਹਰ ਰੋਜ਼ ਗੁਰਦੁਆਰਾ ਸਾਹਿਬ ਜਾਈਦਾ, ਵਧੀਆ ਖਾਈ ਪੀਈਦਾ, ਚੰਗੀ ਸੋਚ ਰੱਖੀ ਦੀ ਹੈ। ਸੋ ਆਈ ਐਮ ਗਲੈਡ ਮੈਂ
ਬਹੁਤ ਧੰਨਵਾਦੀ ਹਾਂ ਮੇਰੇ ਪਰਿਵਾਰ ਦਾ, ਮੇਰੇ ਰੱਬ ਦਾ, ਵਾਹਿਗੁਰੂ ਦਾ। ਜੀ ਜੀ, ਔਰ ਉਹ ਚੀਜ਼ ਜਿਹੜੀ ਹੈਗੀ ਹੈ ਤੁਹਾਡੀ ਜਿਹੜੀ ਪਰਸਨੈਲਿਟੀ ਦੇ ਵਿੱਚ ਵੀ ਨਜ਼ਰ ਆਉਂਦੀ ਹੈਗੀ ਹੈ ਕਿ ਜ਼ਰੂਰੀ ਨਹੀਂ ਹੈ ਕਿ ਅਲਕੋਹਲ ਜਾਂ ਗਲਤ ਜਿਹੜੀਆਂ ਚੀਜ਼ਾਂ ਅਸੀਂ ਆਪਣੀ ਬੋਡੀ ਲਈ ਲੈਂਦੇ ਹੈਗੇ ਹਾਂ ਬੋਡੀ ਨੂੰ ਖਰਾਬ ਕਰਦੇ ਹਾਂ, ਪਰ ਤੁਹਾਡੀ ਫਿਟਨੈਸ ਜਿਹੜੇ ਦਰਸਾਉਂਦੀ ਹੈ ਕਿ ਹਾਂ ਸਹੀ ਚੱਲ ਰਿਹਾ। ਅਬ ਵਿਕਰਮ ਜੀ, ਗੱਲ ਕਰੀਏ ਕਿ ਹੁਣ ਇੰਨੇ ਤੁਸੀਂ ਵਰਸਟਾਈਲ ਹੋ ਗਏ, ਇੰਨੇ ਲੈਂਗੁਏਜਸ ਵਿੱਚ ਕੰਮ ਕੀਤਾ, ਲੇਕਿਨ ਸਭ ਤੋਂ ਪਹਿਲਾਂ ਜਿਹੜਾ ਪ੍ਰੋਜੈਕਟ ਸੀਗਾ ਸਪੈਸ਼ਲ ਅਪੀਅਰੈਂਸ ਸੀਗੀ ਏਕ ਦ ਪਾਵਰ ਆਫ ਵਨ 'ਚ, ਉਹ ਸਪੈਸ਼ਲ ਅਪੀਅਰੈਂਸ ਕਿੱਦਾਂ ਮਿਲੀ ਸੀ? ਉਹ ਤਾਂ ਜੀ ਬਹੁਤ ਛੋਟਾ ਜਿਹਾ ਰੋਲ ਸੀਗਾ ਉਹ। ਉਹਨਾਂ ਦਿਨਾਂ 'ਚ ਮੈਂ ਚੰਡੀਗੜ੍ਹ 'ਚ ਆਇਆ ਹੋਇਆ ਸੀਗਾ, ਇੱਕ ਸਾਡੀ ਟੀਮ ਬੋਂਬੇ ਤੋਂ ਆਈ ਹੋਈ ਸੀ ਉਸ ਫਿਲਮ ਬੋਬੀ ਦਿਓਲ ਦੀ ਫਿਲਮ ਸੀ ਉਹਦੀ ਸ਼ੂਟਿੰਗ ਲਈ, ਅਤੇ ਉਹਨਾਂ ਨੂੰ ਇੱਕ ਬਹੁਤ ਵਧੀਆ ਮੁੰਡਾ, ਇੱਕ ਰੋਲ ਛੋਟਾ ਸੀਗਾ ਲੇਕਿਨ ਬਹੁਤ ਘੈਂਟ ਉਹਨਾਂ ਨੂੰ ਲੁੱਕਸ ਮੁੰਡੇ ਦੇ ਜਾਂ ਸਾਰਾ ਉਹ ਸੀਨ, ਦੋ ਕੁਛ ਮੇਰੇ ਸੀਨ ਸੀਗੇ ਬੜੇ ਵਧੀਆ ਸੀਗੇ, ਅਤੇ ਉਹਨਾਂ ਨੂੰ ਉੱਦਾਂ ਦਾ ਪਾਰਟੀਕੁਲਰ ਮੁੰਡਾ ਚਾਹੀਦਾ ਸੀ। ਸੋ ਉਹ ਕਿਸੇ ਤਰ੍ਹਾਂ ਮੇਰੇ ਤੱਕ ਪਹੁੰਚੇ, ਅਤੇ ਮੈਂ ਉਹਨਾਂ ਦਿਨਾਂ 'ਚ ਮਾਡਲਿੰਗ ਕਰਦਾ ਸੀਗਾ, ਅਤੇ ਸਾਡੀ ਮੁਲਾਕਾਤ ਹੋਈ ਅਤੇ ਡਾਇਰੈਕਟਰ ਨਾਲ ਮਿਲਿਆ ਮੈਂ, ਅਤੇ ਉਹਨਾਂ ਨੇ ਮੈਨੂੰ ਇੱਦਾਂ ਇੱਦਾਂ ਸਮਝਾਇਆ, ਉਹਨਾਂ ਨੂੰ ਮੈਂ ਪਸੰਦ ਆਇਆ, ਮੈਨੂੰ ਉਹਨਾਂ ਦਾ ਕੰਮ ਪਸੰਦ ਆਇਆ, ਸੋ ਦੈਟਸ ਹਾਓ ਦੈਟ ਹੈਪਨਡ। ਵਧੀਆ ਸੀਗਾ ਉਹ, ਉਦੋਂ ਮੈਂ ਫੁੱਲ ਫਲੈਜ ਐਕਟਿੰਗ ਐਜ਼ ਐਨ ਐਕਟਰ ਕੰਮ ਕਰਨਾ ਸ਼ੁਰੂ ਨਹੀਂ ਕੀਤਾ ਸੀਗਾ, ਮੈਂ ਮਾਡਲਿੰਗ ਹੀ ਕਰਦਾ ਸੀ, ਮੈਂ ਸੋਚਿਆ ਵੀ ਨਹੀਂ ਸੀ ਕਿ ਮੈਂ ਐਕਟਿੰਗ ਕਰਨੀ ਹੈ, ਬਟ ਕੁਛ ਚੀਜ਼ਾਂ ਮੱਲੋ ਮੱਲੀ ਹੋ ਜਾਂਦੀਆਂ ਨੇ, ਸੋ ਉਵੇਂ ਹੀ ਉਹ ਹੋ ਗਿਆ, ਉਹ ਕੰਮ ਵੀ ਵਧੀਆ ਹੋ ਗਿਆ ਅਤੇ ਡਾਇਰੈਕਟਰ ਸਾਹਿਬ ਨੂੰ ਵੀ ਪਸੰਦ ਆਇਆ, ਅਤੇ ਦੈਟਸ ਹਾਓ ਮੇਰੀ ਵੀ ਇੱਕ ਕੈਮਰੇ ਅੱਗੇ ਜੋ ਝਾਕਾ ਸੀਗਾ ਥੋੜ੍ਹਾ ਜਿਹਾ ਉਹ ਲੈ ਗਿਆ, ਸੋ ਦੈਟ ਵਾਸ ਅ ਗੁੱਡ ਐਕਸਪੀਰੀਅੰਸ ਐਜ਼ ਵੈਲ। ਜੀ, ਮੈਂ ਤੁਹਾਡਾ ਸਰਚ ਕਰ ਰਹੀ ਸੀਗੀ ਅਤੇ ਇੱਕ ਬੌਬ ਮਾਰਲੇ ਕਿਰਦਾਰ ਜਿਹੜਾ ਤੁਸੀਂ ਕੀਤਾ ਪੈਸਾ ਫਿਲਮ ਦੇ ਵਿੱਚ, ਦੈਟ ਵਾਸ ਅ ਕਿਲਰ ਲੁੱਕ। ਔਰ ਇੱਦਾਂ ਦੇ ਸਿਨੇਮੇ ਨੂੰ ਜਿਹੜਾ ਸਾਊਥ ਦੇ ਵਿੱਚ ਤਾਂ ਪਸੰਦ ਕਰਦੇ ਨੇ, ਲੇਕਿਨ ਬੋਲੀਵੁੱਡ ਦੇ ਵਿੱਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ। ਔਰ ਬੋਲੀਵੁੱਡ ਦੇ ਵਿੱਚ ਅਸੀਂ ਦੇਖਿਆ ਬਹੁਤ ਸਾਰੀਆਂ ਜਿਹੜੀਆਂ ਰੀਮੇਕਸ ਬਣੀਆਂ ਹੈਗੀਆਂ ਸਾਊਥ ਫਿਲਮਸ ਤੋਂ, ਅਤੇ ਜੇ ਇਨ ਫਿਊਚਰ ਕਦੀ ਹੋਏ ਕਿ ਹਾਂ ਇਹਦਾ ਰੀਮੇਕ ਦੁਬਾਰਾ ਬਣਨਾ, ਬੌਬ ਮਾਰਲੇ ਨੂੰ ਬੋਲੀਵੁੱਡ ਦੇ ਵਿੱਚ ਜਾਂ ਫਿਰ ਪੰਜਾਬੀ ਦੇ ਵਿੱਚ ਲਿਆਉਣਾ ਹੋਏ, ਵਿਕਰਮ ਇਜ਼ ਰੈਡੀ? ਵਿਕਰਮ ਇਜ਼ ਰੈਡੀ। ਆਈ ਥਿੰਕ ਦੈਟ ਇਜ਼ ਵਨ ਆਫ ਦ ਮੋਸਟ ਫੇਵਰੇਟ ਕੈਰੈਕਟਰਸ ਮੈਂ ਹੁਣ ਤੱਕ ਪਲੇ ਕੀਤਾ। ਉਹ ਤੇਲਗੂ ਇੰਡਸਟਰੀ ਦੇ ਕਾਫੀ ਜਾਣੇ ਮਾਣੇ ਡਾਇਰੈਕਟਰ ਨੇ, ਪੂਰੀ ਜਗਨਨਾਥ ਉਹਨਾਂ ਨੇ ਡਾਇਰੈਕਟ ਕੀਤੀ ਸੀ ਫਿਲਮ, ਮੇਰੇ ਫੇਵਰੇਟ ਡਾਇਰੈਕਟਰ ਨੇ ਉਹ ਅੱਜ ਤੱਕ ਦੇ, ਹੈ ਨਾ। ਸੋ ਆਈ ਹੈਡ ਵੰਡਰਫੁਲ ਐਕਸਪੀਰੀਅੰਸ ਪਲੇਇੰਗ ਦੈਟ ਕੈਰੈਕਟਰ। ਔਰ ਉਹਦਾ ਜਿਹੜਾ ਲੁੱਕ, ਪੂਰਾ ਡਿਜ਼ਾਇਨ ਸੀਗਾ, ਉਹ ਦਾੜੀ ਔਰ ਛੋਟੇ ਛੋਟੇ ਵਾਲ, ਬਹੁਤ ਕਮਾਲ ਦਾ ਸੀਗਾ। ਪੂਰੀ ਫਿਲਮ ਅਸੀਂ ਬਾਹਰ ਅਬਰੋਡ 'ਚ ਪੋਰਤਗਲ 'ਚ ਸ਼ੂਟ ਕੀਤੀ ਸੀ, ਬਹੁਤ ਵਧੀਆ ਐਕਸਪੀਰੀਅੰਸ ਸੀਗਾ। ਔਰ ਉਹ ਕਿਰਦਾਰ ਸਪੈਸ਼ਲੀ, ਉਹ ਬੌਬ ਮਾਰਲੇ ਇਜ਼ ਹਿਮਸੈਲਫ ਇਜ਼ ਅ ਵੈਰੀ ਫੇਮਸ ਗਾਇ, ਦੋ ਇਨਫੈਕਟ ਇਹ ਉਹਦਾ ਐਗਜੈਕਟ ਕਿਰਦਾਰ ਨਹੀਂ ਸੀਗਾ ਬੌਬ ਮਾਰਲੇ ਦਾ, ਇਹ ਸਿਰਫ ਨਾਂ ਹੀ ਯੂਜ਼ ਕੀਤਾ ਸੀ ਅਸੀਂ, ਬਟ ਬੌਬ ਮਾਰਲੇ ਬੜਾ ਵਧੀਆ ਸੀਗਾ, ਬਹੁਤ ਮਜ਼ਾ ਆਇਆ ਕਰਕੇ। ਸੋ ਡੈਫੀਨੇਟਲੀ ਅਗਰ ਮੈਨੂੰ ਇੱਦਾਂ ਦੀ ਓਪਰਚੁਨਿਟੀ ਮਿਲਦੀ, ਆਈ ਵੁੱਡ ਲਾਈਕ ਟੂ ਡੂ ਇਟ ਅਗੇਨ। ਜੀ ਵਿਕਰਮ, ਤੁਸੀਂ ਦੱਸਿਆ ਕਿ ਸਮਟਾਈਮਸ ਮੀਟਿੰਗ ਲਈ ਜਾਂਦੇ ਸੀ, ਤੁਹਾਡੇ ਜੇਬ 'ਚ ਪੈਸੇ ਵੀ ਨਹੀਂ ਹੁੰਦੇ ਸੀ, ਲੇਕਿਨ ਜਿੰਨੇ ਵੀ ਇੰਡਸਟਰੀ ਦੇ ਵਿੱਚ, ਭਾਵੇਂ ਮਲਿਆਲਮ ਇੰਡਸਟਰੀ ਹੈ ਜਾਂ ਫਿਰ ਅਸੀਂ ਬੋਲੀਵੁੱਡ ਦੀ ਇੰਡਸਟਰੀ ਦੀ ਗੱਲ ਕਰੀਏ, ਤੁਸੀਂ ਜਿੰਨਾ ਵੀ ਆਰਟਿਸਟਸ ਨਾਲ ਸਕਰੀਨ ਸ਼ੇਅਰ ਕੀਤੀ ਹੈ, ਉਹ ਦੇ ਆਰ ਕਮੈਂਡੇਬਲ, ਮਤਲਬ ਇੱਕ ਨਾਮਵਰ ਆਰਟਿਸਟ ਨੇ ਜਿਨ੍ਹਾਂ ਨਾਲ ਤੁਹਾਨੂੰ ਵਧੀਆ ਇੱਕ ਓਪਰਚੁਨਿਟੀਜ਼ ਮਿਲੀ ਹੈ ਸਕਰੀਨ ਸ਼ੇਅਰ ਕਰਨ ਦੀ। ਜੇ ਹੁਣ ਗੱਲ ਕਰੀਏ ਡਰਾਈਵ ਦੀ, ਜੈਕਲੀਨ ਅਤੇ ਸੁਸ਼ਾਂਤ ਸਿੰਘ ਦੇ ਓਪੋਜ਼ਿਟ ਤੁਸੀਂ ਆਏ, ਔਰ ਤੁਹਾਡੇ ਕਿਰਦਾਰ ਨੂੰ ਲੋਕ ਬਹੁਤ ਬਖੂਬੀ ਨਾਲ ਜਾਣਦੇ ਨੇ, ਪਹਿਚਾਣਦੇ ਨੇ, ਇੱਥੇ ਕਿੰਨਾ ਕੁ ਲੱਕੀ ਮਹਿਸੂਸ ਕਰਦੇ ਹੋ ਕਿ ਪਰਮਾਤਮਾ ਜੋ ਵੀ ਚੀਜ਼ ਦੇ ਰਿਹਾ ਦ ਬੈਸਟ ਦੇ ਰਿਹਾ? ਲੱਕੀ ਨਹੀਂ ਕਹਿ ਸਕਦੇ, ਇਹਦੇ ਪਿੱਛੇ ਬਹੁਤ ਸਾਰੀ ਮਿਹਨਤ ਹੈ, ਬਿਲਕੁਲ, ਹੈ ਨਾ। ਜਿਵੇਂ ਜਿੱਥੋਂ ਮੇਰਾ ਸਫ਼ਰ ਸ਼ੁਰੂ ਹੋਇਆ, ਮੇਰੀ ਇੱਕ ਖਾਸ ਜੋ ਮੈਂ ਸਮਝਦਾ ਗੱਲ, ਜੋ ਮੇਰੇ ਦਿਮਾਗ 'ਚ ਰੱਬ ਨੇ ਫਿੱਟ ਕੀਤੀ ਹੋਈ ਹੈ, ਰੱਬ ਨੇ ਫਿੱਟ ਕੀਤੀ ਹੈ, ਮੈਂ ਤਾਂ ਬੰਦਾ ਤਾਂ ਇਸ ਲਾਇਕ ਹੁੰਦਾ ਨਹੀਂ, ਜੋ ਸੱਚਾਈ ਹੈ ਜੀਵਨ ਦੀ, ਹੈ ਨਾ। ਮੈਂ ਚੂਜ਼ੀ ਬਹੁਤ ਆ ਕੰਮ ਨੂੰ ਲੈ ਕੇ, ਇਹ ਨਹੀਂ ਵੀ ਮੈਂ ਕੁਛ ਵੀ ਕਰ ਲੂੰਗਾ, ਜੋ ਮੇਰੇ ਕੋਲ ਕੰਮ ਆਈ ਗਿਆ ਮੈਂ ਕਰੀ ਜਾਊਂਗਾ, ਭਾਵੇਂ ਉਹ ਪੈਸੇ ਇਕੱਠੇ ਕਰਨ ਲਈ ਹੋ ਗਿਆ, ਕਿਉਂਕਿ ਜਦੋਂ ਇਨਸਾਨ ਨੂੰ ਜ਼ਿੰਦਗੀ 'ਚ ਪੈਸੇ ਦੀ ਲੋੜ ਹੁੰਦੀ ਆ, ਉਦੋਂ ਵੱਧ ਪਰਖ ਹੁੰਦੀ ਹੈ ਵੀ ਤੁਸੀਂ ਪੈਸੇ ਦੀ ਲੋੜ ਲਈ ਤੁਸੀਂ ਕੋਈ ਵੀ ਕੰਮ ਕਰ ਲੈਂਦੇ ਆ, ਲੋਕਾਂ ਨੂੰ ਕਈਆਂ ਨੂੰ ਲੋਕਾਂ ਨੂੰ ਕਰਨਾ ਵੀ ਪੈਂਦਾ, ਹੈ ਨਾ, ਮਜਬੂਰੀ ਐਵੇਂ ਦੀ ਹੋ ਜਾਂਦੀ ਹੈ। ਬਟ ਮੈਂ ਸ਼ੁਕਰ ਮਨਾਉਂਦਾ ਕਿ ਮੇਰੇ ਦਿਲ 'ਚ ਕਦੇ, ਮੈਂ ਬਹੁਤ ਵਾਰੀ ਹੋਇਆ ਕਿ ਮੈਨੂੰ ਪੈਸੇ ਦੀ ਲੋੜ ਵੀ ਆਈ ਹੈ, ਮੈਂ ਬੜੇ ਔਖੇ ਦਿਨ ਵੀ ਵੇਖੇ ਨੇ, ਇਨਫੈਕਟ ਜਦੋਂ ਮੈਂ ਕੰਮ ਕਰਨਾ ਸ਼ੁਰੂ ਕਰਤਾ ਸੀ ਐਜ਼ ਐਨ ਐਕਟਰ, ਉਸ ਤੋਂ ਬਾਅਦ ਵੀ ਮੇਰੇ ਨਾਲ ਕਈ ਵਾਰੀ ਹੋਇਆ, ਬਟ ਮੇਰਾ ਜਿਹੜਾ ਡਿਸੀਜ਼ਨ ਸੀ ਉਹ ਮੈਂ ਹਮੇਸ਼ਾ ਠੋਸ ਰੱਖਿਆ, ਜੋ ਮੈਂ ਸੋਚ ਲਿਆ ਮੈਂ ਉਹੀ ਕਰਨਾ, ਅਤੇ ਜੇ ਮੈਨੂੰ ਚੰਗਾ ਰੋਲ ਆਏਗਾ, ਜੇ ਮੈਨੂੰ ਪਸੰਦ ਆਏਗਾ ਤਾਂ ਹੀ ਕਰੂੰਗਾ ਮੈਂ ਇਹ। ਹੁਣ ਹਿੰਦੀ ਫਿਲਮਾਂ ਦੇ ਆਫਰ ਪਹਿਲਾਂ ਵੀ ਬਹੁਤ ਆ ਰਹੇ ਸੀਗੇ, ਖੇਲੇ ਹਮ ਜੀ ਜਾਨ ਸੇ ਤਾਂ ਬਿਲਕੁਲ ਸ਼ੁਰੂਆਤ ਸੀਗੀ, ਉਦੋਂ ਮੈਨੂੰ ਇੰਨਾ ਪਤਾ ਨਹੀਂ ਸੀਗਾ, ਹੈ ਨਾ, ਐਕਟਿੰਗ ਜਸਟ ਸਟਾਰਟਡ। ਉਸ ਤੋਂ ਬਾਅਦ ਮੈਂ ਤੇਲਗੂ ਫਿਲਮਾਂ ਕਰਨ ਲੱਗ ਗਿਆ, ਕਾਫੀ ਸਮਝ ਆਈ, ਐਕਸਪੀਰੀਅੰਸ ਆਇਆ, ਫਿਰ ਉਸ ਤੋਂ ਬਾਅਦ ਮੈਨੂੰ ਸੀਗਾ ਕਿ ਮੈਂ ਅਗਰ ਹਿੰਦੀ ਫਿਲਮਾਂ 'ਚ ਆਊਂਗਾ ਤਾਂ ਮੈਂ ਵਧੀਆ ਕਿਰਦਾਰ ਨਾਲ ਵਧੀਆ ਫਿਲਮ 'ਚ ਆਊਂਗਾ। ਸੋ ਡਰਾਈਵ ਮੇਰੇ ਕੋਲ ਆਈ, ਧਰਮਾ ਫਿਲਮ ਦੀ ਕਾਫੀ ਵੱਡਾ ਪ੍ਰੋਡਕਸ਼ਨ ਹਾਊਸ ਹੈ, ਕਰਨ ਜੌਹਰ ਪ੍ਰੋਡਿਊਸਰ ਦਾ ਬਹੁਤ ਨਾਮ ਹੈ, ਰੋਲ ਬਹੁਤ ਚੰਗਾ ਸੀਗਾ ਔਰ ਉਹਦਾ ਲੁੱਕ ਡਿਜ਼ਾਈਨ ਬਹੁਤ ਅਮੇਜ਼ਿੰਗ ਸੀਗਾ, ਉਹ ਕਿਰਦਾਰ ਜਦੋਂ ਮੈਨੂੰ ਸੁਣਾਇਆ ਗਿਆ ਤਾਂ ਮੈਨੂੰ ਬਹੁਤ ਵਧੀਆ ਲੱਗਾ। ਉਸ ਤੋਂ ਪਹਿਲਾਂ ਇੱਕ ਹੋਰ ਗੱਲ ਤੁਹਾਨੂੰ ਦੱਸਣਾ ਚਾਹੂੰਗਾ, ਉਹਦੇ ਜੋ ਲੁੱਕ ਹੈ ਨਾ ਵਿੱਕੀ ਦਾ, ਵਿੱਕੀ ਮੇਰੇ ਕਿਰਦਾਰ ਦਾ ਨਾਮ ਹੈ, ਵਿੱਕੀ ਹੈਜ਼ ਲੋਟ ਆਫ ਟੈਟੂਜ਼ ਔਨ ਹਿਜ਼ ਬਾਡੀ।
ਤੇਰੇ ਅਸੀਂ ਇੱਦਾਂ ਦੇ ਲੁੱਕ ਡਿਜ਼ਾਈਨ ਕੀਤਾ, ਤੇਰੇ ਪੂਰੀ ਬਾਡੀ ਦੇ ਟੈਟੂਜ਼ ਬਣਾਉਣੇ ਆ। ਉਸ ਤੋਂ ਪਹਿਲਾਂ ਮੈਨੂੰ ਟੈਟੂਜ਼ ਪਸੰਦ ਨਹੀਂ ਸੀ ਕਦੇ। ਓਕੇ, ਪਰਸਨਲੀ ਆਈ ਵਾਜ਼ ਲਾਈਕ ਕਿ ਯਾਰ ਅਗਰ ਕਿਸੇ ਨੇ ਟੈਟੂਜ਼ ਬਣਵਾਏ ਨੇ ਤਾਂ ਮੈਂ ਕਹਿੰਦਾ ਸੀ ਯਾਰ ਇਹ ਕਿਉਂ ਆਪਣੀ ਬਾਡੀ 'ਤੇ ਰੰਗ ਲਵਾਈ ਕਰਦੇ ਨੇ, ਹੈ ਨਾ, ਕਿਉਂ ਤੁਸੀਂ ਕਦੇ ਬਹੁਤ ਵਾਰੀ ਤੁਹਾਨੂੰ ਲੋੜ ਪੈਂਦੀ ਹੈ ਜਾਂ ਤੁਸੀਂ ਜੋ ਰੱਬ ਨੇ ਦਿੱਤਾ ਉੱਦਾਂ ਰਹੋ, ਮੈਨੂੰ ਐਵੇਂ ਲੱਗਦਾ ਸੀ। ਬਟ ਉਹਨਾਂ ਨੇ ਮੈਨੂੰ ਵਿਖਾਇਆ, ਉਹਨਾਂ ਟੈਟੂਜ਼ ਦੇ ਵਿੱਚ ਇੱਕ ਸੀਗਾ ਮੇਰੇ ਲੈਫਟ ਆਰਮ 'ਤੇ, ਰਾਈਟ ਆਰਮ 'ਤੇ ਸੋਰੀ, ਬਾਬਾ ਦੀਪ ਸਿੰਘ ਜੀ ਦਾ ਪੂਰਾ ਉਹ ਫੋਟੋ ਸੀਗੀ ਉਹਨਾਂ ਦਾ, ਜੋ ਇੱਕ ਇਮੇਜ ਬੜੀ ਬੈਸਟ ਇਮੇਜ ਹੈ ਮੇਰੇ ਖਿਆਲ 'ਤੇ ਇੰਟਰਨੈਟ 'ਤੇ ਆਪਾਂ ਵੇਖ ਸਕਦੇ ਹਾਂ, ਉਹ ਖੰਡਾ ਲੈ ਕੇ ਖੜ੍ਹੇ ਨੇ ਇੱਦਾਂ। ਅਤੇ ਉਹ ਇਮੇਜ ਸੀਗੀ, ਉਹਨੇ ਉਹ ਟੈਟੂ ਡਿਜ਼ਾਈਨ ਲੱਭਿਆ ਮੇਰੇ ਲਈ, ਮੈਨੂੰ ਉਹ ਬਹੁਤ ਪਸੰਦ ਆਇਆ। ਅਤੇ ਜਦੋਂ ਫਿਰ ਅਸੀਂ ਲੁੱਕ ਟ੍ਰਾਇਲ ਕੀਤਾ, ਉਹ ਲਾ ਕੇ ਚੈੱਕ ਕੀਤਾ, ਉਹ ਆਈ ਥਿੰਕ ਦੈਟ ਵਾਜ਼ ਦਾ ਬੈਸਟ ਲੁੱਕ ਟਿਲ ਨਾਓ। ਮੈਂ ਜਿੰਨੇ ਵੀ ਪ੍ਰੋਜੈਕਟਸ ਦੇ ਵਿੱਚ ਕੰਮ ਕੀਤਾ, ਉਹ ਮੈਨੂੰ ਸਭ ਤੋਂ ਵਧੀਆ ਲੱਗਾ। ਉਹ ਦਾੜੀ ਬੌਬ, ਆਪਣਾ ਵਿੱਕੀ ਦੀ ਛੋਟੇ ਛੋਟੇ ਵਾਲ, ਦੈਟ ਬਾਡੀ ਐਂਡ ਦੈਟ ਕਾਇੰਡ ਆਫ ਕਲੋਥਸ ਦੇ ਡਿਜ਼ਾਈਨ, ਹੈ ਨਾ, ਛੋਟੇ ਗੰਜੀਸ ਪਾਉਂਦਾ ਸੀਗਾ ਐਂਡ ਦੋਜ਼ ਟੈਟੂਸ। ਸੋ ਸਪੈਸ਼ਲੀ ਉਹ ਲੁੱਕ ਕਰਕੇ ਮੈਨੂੰ ਹੋਰ ਵੀ ਜ਼ਿਆਦਾ ਮਜ਼ਾ ਆਇਆ ਫਿਲਮ ਦੇ ਵਿੱਚ ਕੰਮ ਕਰਕੇ। ਸੋ ਆਈ ਐਮ ਥੈਂਕਫੁਲ ਯਾਰ। ਜੀ, ਤੁਸੀਂ ਜਿਵੇਂ ਕਿਹਾ ਕਿ ਬਹੁਤ ਸੇ ਐਸੇ ਸਰਕਮਸਟਾਂਸਿਸ ਆਉਂਦੇ ਨੇ ਕਿ ਜਿਹੜੇ ਇੰਡਸਟਰੀ ਦੇ ਵਿੱਚ ਕੁਛ ਜਿਹੜੇ ਨਿਊ ਕਮਰਸ ਹੁੰਦੇ ਨੇ ਉਹ ਗਲਤ ਹੱਥੇ ਵੀ ਚੜ ਜਾਂਦੇ, ਗਲਤ ਚੀਜ਼ਾਂ 'ਤੇ ਵੀ ਜਾਂਦੇ ਨੇ। ਕਦੀ ਇਹ ਵਿਕਰਮ ਐਸਾ ਹੋਇਆ ਕਿ ਸਪੋਇਲਿੰਗ ਜਿਹੜੇ ਲੋਕ ਹੁੰਦੇ ਨੇ ਉਹ ਕਿਸੇ ਨਾ ਕਿਸੇ ਜ਼ਰੀਏ ਨਾਲ ਆਰਟਿਸਟ ਨੂੰ ਜ਼ਰੂਰ ਸਪੋਇਲ ਕਰਦੇ ਨੇ? ਕਦੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੁਛ ਐਸਾ ਹੋਇਆ ਕਿ ਤੁਹਾਨੂੰ ਕਿਸੇ ਨੇ ਕਿਹਾ ਕਿ ਅਗਰ ਇਹ ਕੰਮ ਕਰਨਾ ਤਾਂ ਇੱਦਾਂ ਕਰਨਾ ਹੀ ਪਵੇਗਾ, ਐਂਡ ਜਿੱਦਾਂ ਤੁਸੀਂ ਕਿਹਾ ਕਿ ਤੁਸੀਂ ਬਹੁਤ ਸਟ੍ਰੇਟ ਫਾਰਵਰਡ ਹੋ, ਤੁਹਾਡੇ ਐਥਿਕਸ ਬਹੁਤ ਇੰਪੋਰਟੈਂਟ ਨੇ ਤੁਹਾਡੇ ਲਈ, ਕਦੀ ਪਰ ਤੁਹਾਨੂੰ ਤੁਸੀਂ ਫੇਸ ਕੀਤਾ ਐਸੀਆਂ ਚੀਜ਼ਾਂ? ਕਿਉਂਕਿ ਇੰਡਸਟਰੀ ਦੇ ਵਿੱਚ ਆਏ ਦਿਨ ਐਸਾ ਲੱਗਦਾ ਕਿ ਇੰਡਸਟਰੀ ਦੇ ਵਿੱਚ ਬਹੁਤ ਜ਼ਿਆਦਾ ਸਪੋਇਲੇਸ਼ਨ ਹੁੰਦੀ ਹੈ, ਪਹਿਲਾਂ ਤਾਂ ਕੁੜੀਆਂ ਨਾਲ ਹੁੰਦੀ ਸੀ ਲੇਕਿਨ ਹੁਣ ਮੁੰਡਿਆਂ ਨਾਲ ਵੀ ਬਹੁਤ ਜ਼ਿਆਦਾ ਹੁੰਦੀ ਹੈ। ਸੀ ਜਿਵੇਂ ਤੁਸੀਂ ਪਹਿਲੀ ਗੱਲ ਆਪਣੀ ਸ਼ੁਰੂ ਤੋਂ ਕੀਤੀ, ਤੁਸੀਂ ਕਿਹਾ ਸੀ ਕਿ ਹਾਂ ਤੁਸੀਂ ਇੱਦਾਂ ਡੈਡੀਕੇਟਡ ਆ ਜਾਂ ਇੱਦਾਂ ਇਸ ਚੀਜ਼ ਤੁਹਾਡੇ ਦਿਖਦੀ ਆ, ਚੀਜ਼ ਤੁਹਾਡੇ ਫੇਸ 'ਚ ਦਿਖਦੀ ਆ। ਸੋ ਮੈਨੂੰ ਲੱਗਦਾ ਤੁਸੀਂ ਜਿਵੇਂ ਦੇ ਸੁਭਾਅ ਦੇ ਸੋਚ ਦੇ ਮਾਲਕ ਉਹ ਸਾਹਮਣੇ ਲੋਕਾਂ ਨੂੰ ਦਿਖਦੀ ਆ, ਬਿਲਕੁਲ, ਅਤੇ ਉਹਨਾਂ ਨੂੰ ਇਹ ਵੀ ਦਿਖਦਾ ਵੀ ਇਹ ਬੰਦਾ ਇਹ ਕੰਮ ਕਰੂਗਾ, ਇਹ ਬੰਦਾ ਇਹ ਕੰਮ ਨਹੀਂ ਕਰੂਗਾ, ਇਹਨੂੰ ਆਪਾਂ ਕਹਿ ਸਕਦੇ, ਇਹਨੂੰ ਨਹੀਂ ਕਹਿ ਸਕਦਾ। ਮੈਨੂੰ ਲੱਗਦਾ ਕਿ ਜੇ ਤੁਹਾਡਾ ਸੈਲਫ ਰਿਸਪੈਕਟ ਜਿਹੜੀ ਹੈ ਬਹੁਤ ਸਟਰੋਂਗ ਹੈ, ਤੁਹਾਡੇ ਡਿਸੀਜ਼ਨ ਜਿਹੜੇ ਨੇ ਡਿਸੀਜ਼ਨ ਮੇਕਿੰਗ ਹੈ ਬਹੁਤ ਸਟਰੋਂਗ ਹੈ, ਤੁਸੀਂ ਜੋ ਵੀ ਰਸਤਾ ਚੁਣਦੇ ਹੋ ਸਹੀ ਜਾਂ ਗਲਤ, ਚੰਗਾ ਜਾਂ ਮਾੜਾ, ਸ਼ਾਰਟਕੱਟ ਜਾਂ ਫਿਰ ਲੰਮੇ ਵਾਲਾ ਜਿਹੜਾ ਰਾਹ ਸਿੱਧੇ ਪਾਸੇ ਜਾਂਦਾ, ਉਹ ਤੁਹਾਡਾ ਡਿਸੀਜ਼ਨ ਆ। ਜੇ ਤੁਸੀਂ ਉਸ 'ਤੇ ਅੜੇ ਆ ਤਾਂ ਮੇਰੇ ਖਿਆਲ 'ਚ ਲੋਕ ਤੁਹਾਨੂੰ ਅਪਰੋਚ ਵੀ ਘੱਟ ਕਰਦੇ ਨੇ ਫਿਰ ਉਹਨਾਂ ਉੱਦਾਂ ਦੇ ਕੰਮਾਂ ਲਈ। ਸੋ ਮੈਂ ਹਮੇਸ਼ਾ ਮੈਂ ਥੈਂਕਫੁਲ ਹਾਂ ਰੱਬ ਦਾ ਮੇਰੇ ਦਾ। ਮੈਂ ਇਹ ਨਹੀਂ ਕਹਿ ਸਕਦਾ ਕਿ ਯਾਰ ਮੈਂ ਇਹ ਡਿਸੀਜ਼ਨ ਲੈ ਲਿਆ, ਮੇਰੇ 'ਚ ਇੰਨੀ ਪਾਵਰ ਸੀਗੀ ਕਿ ਮੈਂ ਇਹ ਗੱਲ ਬਣਾ ਕੇ ਰੱਖੀ, ਹੈ ਨਾ, ਇੱਦਾਂ ਨਹੀਂ ਗਾ। ਮੈਂ ਸ਼ੁਕਰਗੁਜ਼ਾਰ ਹਾਂ ਉਸ ਵਾਹਿਗੁਰੂ ਦਾ, ਰੱਬ ਦਾ, ਜਿਹਨੇ ਮੈਨੂੰ ਇਹ ਸ਼ਕਤੀ ਦਿੱਤੀ, ਇਹ ਪਾਵਰ ਦਿੱਤੀ ਕਿ ਮੈਂ ਹਮੇਸ਼ਾ ਜਿਹੜਾ ਮੈਂ ਡਿਸੀਜ਼ਨ ਚੁਣਿਆ, ਜਿਹੜੀ ਮੈਂ ਲਾਈਨ ਚੁਣੀ ਆ, ਜਿਸ ਤਰੀਕੇ ਦੇ ਨਾਲ ਮੈਂ ਕੰਮ ਕਰਨਾ ਚੁਣਿਆ, ਮੈਂ ਉਸ ਤਰੀਕੇ ਦੇ ਨਾਲ ਹੀ ਕੰਮ ਕਰਾਂਗਾ। ਸੋ ਮੇਰੇ ਨਾਲ ਇੱਦਾਂ ਦਾ ਐਕਸਪੀਰੀਅੰਸ ਕਦੇ ਇੱਕਾ ਦੁੱਕਾ ਪਹਿਲਾਂ ਮਾਡਲਿੰਗ ਦੇ ਡੇਜ਼ ਕਿਸੇ ਨੇ ਕਦੇ ਕੀਤਾ ਹੋਏ ਤਾਂ ਮੈਨੂੰ ਬਹੁਤਾ ਜ਼ਿਆਦਾ ਯਾਦ ਨਹੀਂ, ਬਟ ਕਦੇ ਮੈਨੂੰ ਐਵੇਂ ਦਾ ਫੇਸ ਨਹੀਂ ਕਰਨਾ ਪਿਆ ਕਿਉਂਕਿ ਉਸ ਸ਼ਕਲ 'ਤੇ ਦਿਖਦਾ ਆ, ਬਿਲਕੁਲ, ਲੋਕਾਂ ਨੂੰ ਦੇਖਦਾ ਵੀ ਇਹਦੇ ਨਾਲ ਪੰਗਾ ਨਹੀਂ ਲੈਣਾ, ਇਹ ਬੰਦਾ ਪੁੱਠਾ ਵੀ ਪੈ ਸਕਦਾ, ਕਿਉਂਕਿ ਓਬਜ਼ਰਵੇਸ਼ਨ ਹਰ ਇੱਕ ਇਨਸਾਨ ਦੀ ਹੁੰਦੀ ਹੈ ਕਿ ਸ਼ਖਸੀਅਤ ਇੱਦਾਂ ਦੀ ਹੈਗੀ ਹੈ, ਇਹ ਸਾਡੇ ਨਾਲ ਬੁਰਾ ਵੀ ਵਿਵਹਾਰ ਵੀ ਕਰ ਸਕਦਾ। ਬਿਲ ਵਿਕਰਮ, ਗੱਲ ਕਰੀਏ ਆਪਣੇ ਸ਼ਹਿਰ ਤੋਂ ਬਾਹਰ, ਆਪਣੇ ਸਟੇਟ ਤੋਂ ਬਾਹਰ ਜਾ ਕੇ ਕੰਮ ਕੀਤਾ, ਹੈ ਨਾ, ਹਰਿਆਣਾ ਪੰਜਾਬ ਦੇ ਬਹੁਤ ਨੀਅਰ ਬਾਏ ਹੈਗੇ ਔਰ ਪੰਜਾਬੀ ਇੰਡਸਟਰੀ ਬਹੁਤ ਜ਼ਿਆਦਾ ਗਰੋ ਕਰ ਰਹੀ ਹੈ, ਪੰਜਾਬੀ ਇੰਡਸਟਰੀ ਦੇ ਵਿੱਚ ਇੰਨਾ ਸਮੇਂ ਬਾਅਦ ਕਿਉਂ ਆਏ? ਇੱਕ ਸੰਧੂ ਹੁੰਦਾ ਸੀ ਇਹਦੇ ਨਾਲ ਤੁਸੀਂ ਪੰਜਾਬੀ ਇੰਡਸਟਰੀ ਵਿੱਚ ਆਏ ਹੋ ਔਰ ਲੋਕਾਂ ਨੇ ਤੁਹਾਡਾ ਉਹ ਨੈਗੇਟਿਵ ਕਿਰਦਾਰ ਕਾਲੇ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਇਹਨਾਂ ਦੋ ਦਿਨਾਂ ਦੇ ਵਿੱਚ? ਹਰ ਪਾਸੇ ਇਹ ਸੁਣਨ ਨੂੰ ਮਿਲ ਰਿਹਾ ਕਿ ਇੱਕ ਫਰੈਸ਼ ਫੇਸ, ਇੱਕ ਫਰੈਸ਼ ਵਿਲਨ ਇੰਡਸਟਰੀ ਨੂੰ ਮਿਲਿਆ ਪੰਜਾਬੀ ਇੰਡਸਟਰੀ ਨੂੰ, ਕੀ ਐਸਾ ਚੀਜ਼ ਸੀਗੀ ਕਿ ਤੁਸੀਂ ਪੰਜਾਬੀ ਇੰਡਸਟਰੀ ਜਿਹੜੇ ਸੀਗੇ ਉਹ ਤੋਂ ਦੂਰ ਰਹਿ ਰਹੇ ਸੀ? ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਦਾ ਬਹੁਤ ਧੰਨਵਾਦੀ ਹਾਂ ਜਿਨ੍ਹਾਂ ਨੇ ਸਾਡੀ ਫਿਲਮ ਇੱਕ ਸੰਧੂ ਹੁੰਦਾ ਸੀ ਵੇਖੀ ਹੈ, ਜਿਨ੍ਹਾਂ ਨੇ ਕਾਲੇ ਨੂੰ ਪਿਆਰ ਕੀਤਾ, ਪਸੰਦ ਕੀਤਾ ਜੀ, ਮੈਂ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦੀ ਹਾਂ। ਸੀ ਮੈਂ ਪਹਿਲਾਂ ਤੁਹਾਨੂੰ ਦੱਸਿਆ ਸੀ ਕਿ ਫਿਰ ਮੈਂ ਸਾਊਥ ਦੀਆਂ ਫਿਲਮਾਂ ਕਰਨ ਲੱਗ ਗਿਆ, ਉਹਨਾਂ ਦਾ ਲੈਵਲ ਬਹੁਤ ਅਪ ਹੁੰਦਾ ਹੈ ਨਾ, ਬਹੁਤ ਕੁਆਲਿਟੀ ਵਾਈਜ਼, ਹਰ ਚੀਜ਼ ਟੈਕਨੀਕੈਲਿਟੀ ਵਾਈਜ਼ ਹਰ ਚੀਜ਼ ਉਹਨਾਂ ਦੀ ਬਹੁਤ ਵਧੀਆ ਹੁੰਦੀ ਹੈ। ਸੋ ਕੰਮ ਕਰ ਕਰਕੇ ਬੰਦਾ ਸਿੱਖਦਾ ਜਾਂਦਾ ਔਰ ਸ਼ੁਰੂ ਤੋਂ ਮੈਂ ਕੰਮ ਦਾ ਚੂਜ਼ ਹੀ ਰਿਹਾ। ਸੋ ਇੱਦਾਂ ਨਹੀਂ ਹੈ ਕਿ ਮੈਨੂੰ ਪਹਿਲਾਂ ਔਫਰਸ ਨਹੀਂ ਆਏ, ਬਹੁਤ ਵਾਰੀ ਔਫਰਸ ਆਏ, ਕਾਫੀ ਵਾਰੀ ਗੱਲਾਂ ਵੀ ਹੋਈਆਂ, ਬਟ ਕਦੇ ਉਹ ਰੋਲ ਜਿਹੜਾ ਫਿੱਟ ਨਹੀਂ ਬੈਠਾ, ਮੈਨੂੰ ਚੰਗਾ ਨਹੀਂ ਲੱਗਾ, ਜਾਂ ਫਿਰ ਕਦੇ ਜੇ ਕੋਈ ਰੋਲ ਇੱਕ ਦੋ ਵਾਰੀ ਰੋਲ ਚੰਗਾ ਵੀ ਲੱਗਾ, ਮੈਂ ਕਰਨਾ ਵੀ ਚਾਹੁੰਦਾ ਸੀ ਬਟ ਉਹ ਟਾਈਮ ਨਹੀਂ ਮੈਚ ਹੋਇਆ। ਇਨਫੈਕਟ ਜਦੋਂ ਡਰਾਈਵ ਦੀ ਸ਼ੂਟਿੰਗ ਕਰਦਾ ਸੀ, ਇੱਕ ਹੋਰ ਫਿਲਮ ਸੀ ਬੜੀ ਵਧੀਆ, ਮੈਂ ਕਰਨਾ ਚਾਹੁੰਦਾ ਸੀਗਾ ਰੋਲ, ਫਿਰ ਉਹ ਟਾਈਮ ਫਿੱਟ ਨਹੀਂ ਬੈਠਾ ਉਦੋਂ, ਮੈਂ ਡਰਾਈਵ ਦੀ ਸ਼ੂਟਿੰਗ ਕਰ ਰਿਹਾ ਸੀਗਾ, ਸੋ ਉਹਦੇ ਕਰਕੇ ਨਹੀਂ ਕਰ ਪਾਇਆ, ਪਹਿਲਾਂ ਵੀ ਇੱਕ ਦੋ ਵਾਰੀ ਐਵੇਂ ਹੋਇਆ। ਸੋ ਮੈਨੂੰ ਲੱਗਦਾ ਕਿ ਜਦੋਂ ਤੁਹਾਨੂੰ ਜਿਹੜੀ ਚੀਜ਼ ਮਿਲਦੀ ਹੈ ਨਾ ਉਹ ਰਾਈਟ ਟਾਈਮ ਹੁੰਦਾ। ਸੋ ਹੁਣ ਮੈਂ ਜੇ
ਇੱਕ ਸੰਧੂ ਹੁੰਦਾ ਸੀ ਕੀਤੀ ਆ, ਸਾਰਿਆਂ ਨੇ ਐਪਰੀਸ਼ੀਏਟ ਕੀਤਾ, ਸਾਰਿਆਂ ਨੇ ਪਸੰਦ ਕੀਤਾ। ਸੋ ਮੈਨੂੰ ਲੱਗਦਾ ਕਿ ਇਹ ਮੇਰਾ ਰਾਈਟ ਟਾਈਮ ਸੀਗਾ ਆਉਣ ਦਾ। ਜੇ ਮੈਂ ਪਹਿਲਾਂ ਆਉਂਦਾ ਸ਼ਾਇਦ ਮੈਂ ਐਵੇਂ ਕੁਛ ਵੀ ਕਰ ਲੈਂਦਾ ਅਤੇ ਉਹ ਫਿਰ ਐਂਟਰੀ ਦਾ ਸਵਾਦ ਨਹੀਂ ਆਉਣਾ ਸੀ। ਜੀ ਜੀ ਜੀ। ਸੋ ਹੁਣ ਸਾਰਿਆਂ ਨੇ ਪਸੰਦ ਕੀਤਾ, ਸਾਰਿਆਂ ਨੇ ਉਹ ਇੰਜੋਏ ਕਰ ਰਹੇ ਨੇ। ਸੋ ਆਈ ਐਮ ਫੀਲਿੰਗ ਬਲੈਸਡ ਹੈ ਨਾ। ਅਤੇ ਫਿਰ ਹੁਣ ਪੰਜਾਬੀ ਇੰਡਸਟਰੀ ਦੀ ਕਾਫੀ ਹੋਰ ਆਫਰਸ ਆ ਰਹੀਆਂ ਹੋਣੀਆਂ, ਅਤੇ ਕੀ ਇਹ ਸਿਨੈਰੀਓ ਤੁਹਾਡਾ ਰਹਿਣ ਵਾਲਾ? ਕਿੱਦਾਂ ਦੇ ਪ੍ਰੋਜੈਕਟਸ ਤੁਸੀਂ ਕਰਨਾ ਚਾਹੁੰਦੇ ਹੋ ਜਿਹੜੇ ਤੁਹਾਨੂੰ ਸੈਟੀਸਫਾਈਡ ਕਰ? ਮੈਂ ਇਨਫੈਕਟ ਇੱਕ ਦੋ ਫਿਲਮਾਂ ਤਾਂ ਆਲਰੇਡੀ ਸਾਈਨ ਕਰ ਚੁੱਕਿਆ। ਇੱਕ ਨਵੀਂ ਫਿਲਮ ਸੁਖਮਿੰਦਰ ਧੰਜਲ ਜੀ ਡਾਇਰੈਕਟ ਕਰ ਰਹੇ, ਉਹਨਾਂ ਨਾਲ ਕਰ ਵੀ ਰਿਹਾ ਮੈਂ। ਉਹ ਵੀ ਨੈਗੇਟਿਵ ਕਿਰਦਾਰ ਹੈ, ਬਟ ਬਹੁਤ ਅਲੱਗ ਤਰ੍ਹਾਂ ਦਾ ਨੈਗੇਟਿਵ ਹੈ, ਉਹ ਵੱਖਰੀ ਦੁਨੀਆ ਦਾ ਮਾਲਕ ਹੈ ਉਹ। ਸੋ ਆਈ ਐਮ ਡੂਇੰਗ ਦੈਟ। ਐਂਡ ਇੱਕ ਹੋਰ ਫਿਲਮ ਦੀ ਨਰੇਸ਼ਨ ਕੱਲ੍ਹ ਹੋਈ ਆ, ਅੱਜ ਵੀ ਹੈਗੀ ਆ। ਸੋ ਦੈਟ ਇਜ਼ ਹੈਪਨਿੰਗ। ਮੈਂ ਕਿਵੇਂ ਦਾ ਕੰਮ ਕਰਨਾ ਚਾਹੁੰਦਾ? ਮੈਂ ਇਹ ਨਹੀਂ ਕਿ ਮੈਂ ਹੁਣ ਜੇ ਇੱਕ ਤਰ੍ਹਾਂ ਦਾ, ਜੇ ਮੈਂ ਕਾਲੇ ਦਾ ਕਿਰਦਾਰ ਕਰ ਲਿਆ ਤਾਂ ਹੁਣ ਸਾਰੇ ਮੈਨੂੰ ਕਾਲੇ ਵਰਗੇ ਰੋਲ ਹੀ ਆਫਰ ਕਰੀ ਜਾਣ ਤਾਂ ਮੈਂ ਕਰੀ ਜਾਊਂਗਾ। ਮੈਂ ਨਹੀਂ ਕਰਨਾ ਚਾਹੁੰਦਾ ਇਹ। ਮੈਂ ਹਰ ਕਿਰਦਾਰ ਦੇ ਵਿੱਚ, ਕਈ ਵਾਰੀ ਇਹ ਕੀ ਹੁੰਦਾ ਕਿ ਤੁਸੀਂ ਕਿਰਦਾਰ ਸੇਮ ਵੀ ਤੁਹਾਨੂੰ ਆਫਰ ਹੁੰਦਾ, ਤੁਸੀਂ ਐਜ਼ ਐਨ ਐਕਟਰ ਡਿਫਰੈਂਟ ਪਲੇ ਕਰ ਸਕਦੇ ਹਾਂ, ਉਹ ਵੀ ਹੁੰਦਾ ਉਹ। ਬਟ ਕਈ ਵਾਰੀ ਕੀ ਹੁੰਦਾ ਕਿ ਕਈ ਵਾਰ ਕਿਰਦਾਰ ਐਵੇਂ ਦੇ ਲਿਖੇ ਜਾਂਦੇ ਨੇ ਕਿ ਉਹ ਬਹੁਤ ਨੇੜੇ ਤੇੜੇ ਹੁੰਦੇ ਨੇ, ਔਰ ਇਹ ਅਕਸਰ ਹੁੰਦਾ ਕਿ ਜਿਹੜੀ ਚੀਜ਼ ਨਾਲ ਤੁਸੀਂ ਹਿੱਟ ਫੇਮਸ ਹੁੰਦੇ ਹੋ ਤੁਹਾਨੂੰ ਸਾਰੇ ਫਿਰ ਉਹਦੇ 'ਚ ਹੀ ਵੇਖਦੇ ਨੇ। ਬਿਲਕੁਲ, ਹੈ ਨਾ। ਬਟ ਮੈਂ ਚਾਹੂੰਗਾ ਕਿ ਮੈਂ ਡਿਫਰੈਂਟ ਡਿਫਰੈਂਟ ਤਰ੍ਹਾਂ ਦੇ ਕਿਰਦਾਰ ਪਲੇ ਕਰਾਂ, ਜਿਨ੍ਹਾਂ ਦੇ ਵਿੱਚ ਮੈਨੂੰ ਐਜ਼ ਐਨ ਐਕਟਰ ਪਰਫੋਰਮ ਕਰਨ ਦਾ ਮੌਕਾ ਮਿਲੇ। ਅਤੇ ਉਹਦੇ 'ਚ ਬਜਟ ਛੋਟਾ ਵੱਡਾ ਕੁਝ ਵੀ ਹੋ ਸਕਦਾ, ਬਜਟ ਮੈਟਰ ਨਹੀਂ ਕਰਦਾ ਮੇਰੇ ਲਈ, ਹੈ ਨਾ। ਮੈਂ ਛੋਟੀ ਫਿਲਮ ਵੀ ਕਰ ਸਕਦਾ, ਵੱਡੀ ਵੀ ਕਰ ਸਕਦਾ, ਬਟ ਉਹਦੀ ਕਹਾਣੀ ਜਿਹੜੀ ਹੈ ਬੜੀ ਕਮਾਲ ਦੀ ਹੋਵੇ। ਉਹ ਜਿਹੜਾ ਕਿਰਦਾਰ ਜੇ ਮੈਂ ਅਗਰ ਪਲੇ ਕਰਾਂਗਾ ਤਾਂ ਉਸ ਕਿਰਦਾਰ 'ਚ ਕੁਝ ਵੱਖਰਾ ਕਰਨ ਨੂੰ ਹੋਵੇ, ਕੁਝ ਵੱਖਰਾ ਮੈਸੇਜ ਹੋਵੇ, ਜਾਂ ਕੁਝ ਵੱਖਰਾ ਮੇਰੀ ਪਰਫੋਰਮੈਂਸ ਵਾਈਜ਼ ਹੋਵੇ, ਜਿਹਦੇ 'ਚ ਲੋਕਾਂ ਨੂੰ ਵੇਖ ਕੇ ਇਹ ਨਾ ਲੱਗੇ ਕਿ ਯਾਰ ਇਹ ਤਾਂ ਇੱਕੋ ਜਿਹੇ ਡਾਇਲੋਗ ਬੋਲੀ ਜਾਂਦਾ, ਇੱਕੋ ਜਿਹੇ ਕੰਮ ਕਰੀ ਜਾਂਦਾ, ਉਵੇਂ ਦੇ ਕੱਪੜੇ ਪਾਉਂਦਾ, ਉਵੇਂ ਦਾ ਤੁਰਦਾ, ਇਹ ਸਾਰਾ ਕੁਝ ਸੇਮ ਹੀ ਕਰੀ ਜਾਂਦਾ। ਸੋ ਆਈ ਵੁੱਡ ਲਾਈਕ ਟੂ ਡੂ ਸਮਥਿੰਗ ਆਊਟ ਆਫ ਦਾ ਬਾਕਸ ਇਨ ਈਚ ਫਿਲਮ, ਯੂ ਨੋ, ਆਫ ਆਈ ਗੈਟ ਆਫਰਸ ਔਰ ਆਈ ਨੈਕਸਟ ਟਾਈਮ ਆਈ ਐਕਟ ਇਨ। ਆਈ ਵੁੱਡ ਲਾਈਕ ਟੂ ਆਲ ਕਾਈਂਡ ਆਫ ਡਿਫਰੈਂਟ ਡਿਫਰੈਂਟ ਸ਼ੇਡਸ। ਵਿਕਮ, ਇੰਨੇ ਰੀਜਨਸ ਦੇ ਵਿੱਚ ਕੰਮ ਕੀਤਾ, ਕਿਹੜੀ ਐਸੀ ਜਿਹੜੀ ਹੈਗੀ ਹੈ ਇੰਡਸਟਰੀ ਜਿਹੜੀ ਹੈਗੀ ਤੁਹਾਨੂੰ ਲੱਗਦਾ ਬਹੁਤ ਜ਼ਿਆਦਾ ਸਪੋਰਟਿਵ ਦੇ ਨਾਲ ਨਾਲ ਪ੍ਰੋਫੈਸ਼ਨਲ ਵੀ ਬਹੁਤ ਜ਼ਿਆਦਾ, ਜਿਹੜੇ ਕੰਮ ਨੂੰ ਪਿਆਰ ਕਰਦੀ ਹੈ, ਆਰਟਿਸਟ ਦੀ ਰਿਸਪੈਕਟ ਕਰਦੀ ਹੈ, ਕਿਸ ਇੰਡਸਟਰੀ ਨੂੰ ਤੁਸੀਂ ਮੰਨਦੇ ਹੋ? ਮੈਂ ਫੁੱਲ ਫਲੈਜ ਕੰਮ ਦੇ ਨਾਲ, ਮੇਰੀ ਪਹਿਲੀ ਮਲਿਆਲਮ ਫਿਲਮ ਸੀਗੀ ਜਿਹਦੇ 'ਚ ਮੈਂ ਚੰਗਾ ਕੰਮ ਕੀਤਾ ਸੀਗਾ, ਵਧੀਆ। ਉਸ ਤੋਂ ਬਾਅਦ ਸੈਕਿੰਡ ਜਿਹੜੀ ਮੇਰੀ ਫਿਲਮ ਸੀ ਤੇਲਗੂ ਸੀਗੀ, ਉਸ ਤੋਂ ਬਾਅਦ ਮੈਂ ਬਹੁਤ ਸਾਰੀਆਂ ਤੇਲਗੂ ਫਿਲਮਾਂ ਕੀਤੀਆਂ, ਇਨਫੈਕਟ ਹਾਲੇ ਤੱਕ ਵੀ ਕਰ ਰਿਹਾ, ਔਰ ਮੈਂ ਰਹਿੰਦੇ ਟਾਈਮ ਤੱਕ ਕਰੂੰਗਾ। ਤੇਲਗੂ ਫਿਲਮਾਂ ਨੇ ਮੈਨੂੰ ਬਹੁਤ ਪਿਆਰ ਦਿੱਤਾ, ਬਹੁਤ ਸਪੋਰਟ ਕੀਤੀ ਹੈ, ਉੱਥੋਂ ਦੇ ਲੋਕ ਮੈਨੂੰ ਬਹੁਤ ਪਿਆਰ ਕਰਦੇ ਨੇ, ਹੈ ਨਾ। ਜਿਹੜੇ ਵੀ ਮੈਂ ਕਿਰਦਾਰ, ਜ਼ਿਆਦਾਤਰ ਮੈਂ ਨੈਗੇਟਿਵ ਕਿਰਦਾਰ ਕੀਤੇ ਨੇ, ਸੋ ਉੱਥੋਂ ਦੇ ਲੋਕ ਜਿਹੜੇ ਨੇ ਉਹ ਕੰਮ ਨੂੰ ਲੈ ਕੇ ਬਹੁਤ ਜ਼ਿਆਦਾ ਪੈਸ਼ਨੇਟ ਨੇ। ਮੈਂ ਹਮੇਸ਼ਾ ਗੱਲ ਕਰਦਾ ਹੁੰਦਾ ਕਿ ਪ੍ਰੋਡਿਊਸਰ ਤੋਂ ਲੈ ਕੇ ਸਪੋਟ ਬੋਏ ਤੱਕ ਹਰ ਬੰਦਾ ਆਪਣਾ ਕੰਮ ਪੈਸ਼ਨ ਦੇ ਨਾਲ ਕਰਦਾ। ਸਪੋਟ ਬੋਏ ਜੇ ਹੁਣ ਆਪਾਂ ਵੇਖਿਆ ਜਾਏ ਤਾਂ ਉਹ ਕਹੂਗਾ ਕਿ ਯਾਰ ਮੇਰਾ ਤਾਂ ਕੰਮ ਚਾਹ ਚੂ ਪਿਆਉਣਾ ਆ, ਮੈਂ ਮੈਨੂੰ ਪੈਸ਼ਨ ਦੀ ਕੀ ਲੋੜ ਹੈ, ਮੈਂ ਜਾ ਕੇ ਪਿੱਛੇ ਬਹਿ ਜਾਂ, ਮੇਰੀ ਜਗ੍ਹਾ ਕੋਈ ਹੋਰ ਬੰਦਾ ਹੋਊਗਾ ਕਰ ਜੂਗਾ। ਨਹੀਂ, ਜੇ ਉਹਨਾਂ ਨੂੰ ਉਹ, ਜੇ ਉਹ ਸਵੇਰੇ ਸੈੱਟ 'ਤੇ ਆਉਂਦੇ ਨੇ ਤਾਂ ਸ਼ਾਮ ਤੱਕ ਭੱਜੇ ਫਿਰਦੇ ਨੇ ਉਹ। ਸੋ ਹਰ ਬੰਦਾ ਪੈਸ਼ਨ ਦੇ ਨਾਲ ਕੰਮ ਕਰਦਾ। ਮੈਨੂੰ ਲੱਗਦਾ ਕਿ ਹਰ ਫੀਲਡ 'ਚ ਹਰ ਬੰਦੇ ਨੂੰ ਜੇ ਤੁਸੀਂ ਜ਼ਿੰਦਗੀ 'ਚ ਸਫਲ ਹੋਣਾ ਤਾਂ ਇਹ ਪੈਸ਼ਨ ਰੱਖਣਾ ਜ਼ਰੂਰੀ ਹੈ, ਮੈਟਰ ਨਹੀਂ ਕਰਦਾ ਤੁਸੀਂ ਕੋਈ ਵੀ ਕੰਮ ਕਰਦੇ ਹੋ, ਹੈ ਨਾ। ਸੋ ਮੈਨੂੰ ਤੇਲਗੂ ਫਿਲਮ ਇੰਡਸਟਰੀ ਹੈ ਜਿਹੜੀ ਮੇਰੇ ਬਹੁਤ ਦਿਲ ਦੇ ਕਰੀਬ ਹੈ, ਮੈਨੂੰ ਬਹੁਤ ਚੰਗਾ ਲੱਗਦਾ ਉਹਨਾਂ ਦੇ ਨਾਲ ਕੰਮ ਕਰਕੇ। ਬਟ ਮੈਂ, ਇਹ ਮੇਰੀ ਪਹਿਲੀ ਪੰਜਾਬੀ ਫਿਲਮ ਹੈ, ਬਟ ਇੱਥੇ ਵੀ ਮੈਨੂੰ ਕਿਤੇ ਨਾ ਕਿਤੇ ਬਹੁਤ ਸਿਮਿਲੈਰਿਟੀ ਫੀਲ ਹੋਈ ਹੈ, ਹੈ ਨਾ। ਮੈਨੂੰ ਐਵੇਂ ਔਡ ਨਹੀਂ ਲੱਗਿਆ ਕਿ ਮੈਨੂੰ ਬਹੁਤ ਮਜ਼ਾ ਆਇਆ ਇਸ ਫਿਲਮ 'ਚ ਕੰਮ ਕਰਕੇ ਇੱਥੇ ਪਹਿਲੀ ਵਾਰੀ ਪੰਜਾਬੀ ਫਿਲਮ 'ਚ, ਔਰ ਉਹੀ ਮੈਂ ਕਿਤੇ ਨਾ ਕਿਤੇ ਮਾਹੌਲ ਜਿਹੜਾ ਫਿਲਮਾਂ ਦਾ ਲੈਵਲ ਹੁੰਦਾ ਉਹ ਕਿਤੇ ਨਾ ਕਿਤੇ ਮੈਂ ਸੇਮ ਵੇਖਿਆ, ਹੈ ਨਾ। ਦੋ ਤੇਲਗੂ ਫਿਲਮਾਂ ਦਾ ਬਜਟ ਬਹੁਤ ਵੱਡਾ ਹੁੰਦਾ ਔਰ ਹਰ ਚੀਜ਼ ਬਜਟ ਨਾਲ ਹੀ ਬਣਦੀ ਹੈ ਨਾ, ਉਹ ਕਹਿੰਦੇ ਹੁੰਦੇ ਜਿੰਨਾ ਗੁੜ ਪਾਓਗੇ ਉਨਾ ਮਿੱਠਾ ਹੋਏਗਾ। ਸੋ ਤੇਲਗੂ ਫਿਲਮਾਂ ਮੇਰੇ ਬਹੁਤ ਦਿਲ ਦੇ ਕਰੀਬ ਨੇ ਔਰ ਮੈਨੂੰ ਲੱਗਦਾ ਕਿ ਪੰਜਾਬੀ ਫਿਲਮਾਂ ਵੀ ਹੌਲੀ ਹੌਲੀ ਉਸ ਮੁਕਾਮ 'ਤੇ ਪਹੁੰਚ ਰਹੀਆਂ ਨੇ। ਇੱਕ ਸੰਧੂ ਹੁੰਦਾ ਸੀ ਨੇ ਕਾਫੀ ਮੇਰੇ ਖਿਆਲ 'ਚ ਵਧੀਆ ਰਿਸਪੋਂਸ ਦਿੱਤਾ। ਸੋ ਹੌਲੀ ਹੌਲੀ ਆਉਂਦੇ ਸਮੇਂ ਨੂੰ ਆਪਾਂ ਵੀ ਉੱਤੇ ਆਵਾਂਗੇ, ਜ਼ਰੂਰ। ਪੰਜਾਬੀ ਫਿਰ ਨੰਬਰ 1 ਫੇਵਰੇਟ ਹੋ ਜੂਗੀ, ਹੈ ਨਾ। ਪੰਜਾਬੀ ਤਾਂ ਖੈਰ ਆਲਵੇਜ਼ ਫੇਵਰੇਟ ਆ, ਹੋ ਜੂਗੀ ਨਹੀਂ ਕਹਿ ਸਕਦੇ ਆਪਾਂ, ਕਿਉਂਕਿ ਮੇਰੀ ਮਾਂ ਬੋਲੀ ਪੰਜਾਬੀ ਹੈ, ਮੇਰੀ ਲੈਂਗੁਏਜ ਪੰਜਾਬੀ ਹੈ। ਇਹਦੇ 'ਚ ਇਸ ਫਿਲਮ 'ਚ ਕੰਮ ਕਰਕੇ ਜੋ ਕੰਫਰਟ ਲੈਵਲ ਮੈਂ ਫੀਲ ਕੀਤਾ, ਮੈਂ ਸ਼ਾਇਦ ਪਹਿਲਾਂ ਇੰਨਾ ਨਹੀਂ ਕਰ ਪਾਇਆ, ਕਿਉਂਕਿ ਉਹ ਬੋਲੀਆਂ ਵੱਖਰੀਆਂ ਸੀਗੀਆਂ, ਹੈ ਨਾ। ਤਾਂ ਜਮਾਂ ਮਤਲਬ ਟਕਾਵੀਂ ਆ ਨਾ, ਫਿਰ ਇਹ ਤਾਂ ਅੰਦਰੋਂ ਆਉਂਦੀ ਆ, ਹਰ ਚੀਜ਼ ਅੰਦਰੋਂ ਨਿਕਲ ਕੇ ਆਉਂਦੀ ਹੈ ਨਾ, ਨੈਚੁਰਲੀ ਆਉਂਦੀ ਆ। ਬਹੁਤ ਸਾਰੀਆਂ, ਬਹੁਤ ਸਾਰੇ ਡਾਇਲੋਗਸ, ਲਾਈਨਸ ਐਵੇਂ ਦੀਆਂ ਹੁੰਦੀਆਂ ਨੇ ਕਿ ਤੁਹਾਡਾ ਮੂਡ ਜਿਹੜਾ, ਤੁਹਾਡੀ ਬੋਡੀ ਹੈ, ਤੁਹਾਡਾ ਫੇਸ ਆ, ਉਹ ਆਟੋਮੈਟਿਕ ਰਿਐਕਟ ਕਰਦੀ ਹੈ, ਤੁਹਾਨੂੰ ਬਹੁਤ ਸਾਰੇ ਐਫਰਟ ਲਾਉਣ ਦੀ ਲੋੜ ਨਹੀਂ, ਹੈ ਨਾ। ਸੋ ਪੰਜਾਬੀ ਤਾਂ ਫਿਰ ਘੈਂਟ ਹੈ ਹੀ ਹੈ, ਬਟ ਬਾਕੀ ਵੀ ਘੈਂਟ ਹੈ, ਕਾਲਾ ਤਾਂ ਘੈਂਟ ਹੈ। ਸੋ
ਯਾ ਅੱਛਾ ਫਿਰ ਵਿਕਰਮ ਇੰਨੇ ਜਿਹੜੇ ਚਾਈਨੀਜ਼ ਅਤੇ ਤੁਸੀਂ ਚਾਈਨੀਜ਼ 'ਚ ਵੀ ਪਹੁੰਚ ਕੇ ਚਾਈਨੀਜ਼ ਫਿਲਮ ਦੇ ਵਿੱਚ ਇੰਨੀਆਂ ਫਿਲਮਸ ਜਿਹੜੀਆਂ ਕੀਤੀਆਂ ਡਬਿੰਗ ਤੁਸੀਂ ਹਰ ਲੈਂਗੁਏਜ ਵਿੱਚ ਆਪ ਹੀ ਕਰਦੇ ਹੋ ਨਹੀਂ ਡਬਿੰਗ ਨਹੀਂ ਕਰਦਾ ਜੀ ਮੈਂ ਐਵੇਂ ਝੂਠ ਬੋਲਦਾ ਤੁਹਾਨੂੰ ਤੇਲਗੂ ਮੈਨੂੰ ਲੈਂਗੁਏਜ ਸਮਝ ਆਉਂਦੀ ਹੈ ਮੈਂ ਬੋਲ ਵੀ ਲੈਂਦਾ ਮਾੜੀ ਮੋਟੀ ਗੱਲ ਵੀ ਕਰ ਲੈਂਦਾ ਬਟ ਡਬਿੰਗ ਲਈ ਮੇਰਾ ਇੱਕ ਹੋਰ ਆਰਟਿਸਟ ਹੈ ਜਿਵੇਂ ਕਿ ਆਪਾਂ ਵੇਖਦੇ ਹਾਂ ਕਿ ਪੰਜਾਬੀ 'ਚ ਕਾਫੀ ਬਾਲੀਵੁੱਡ ਦੇ ਲੋਕ ਐਕਟਰ ਕੰਮ ਕਰਦੇ ਨੇ ਜਿੱਦਾਂ ਸਾਡੀ ਫਿਲਮ 'ਚ ਨੇਹਾ ਸ਼ਰਮਾ ਨੇ ਵੀ ਐਕਟ ਕੀਤਾ ਸੋ ਕਿਤੇ ਨਾ ਕਿਤੇ ਉਹ ਬੋਲੀ ਜਿਹੜੀ ਹੈ ਨਾ ਠੇਠ ਉਹ ਮੈਨੂੰ ਲੱਗਦਾ ਜਿਹੜੇ ਰੀਜਨ ਦੇ ਲੋਕ ਹੈਗੇ ਨੇ ਜਿਵੇਂ ਹੁਣ ਆਪਾਂ ਪੰਜਾਬ ਦੀ ਵੀ ਗੱਲ ਕਰੀਏ ਤਾਂ ਸ਼ਹਿਰ ਦੀ ਬੋਲੀ ਔਰ ਪਿੰਡਾਂ ਦੀ ਬੋਲੀ 'ਚ ਬਹੁਤ ਫਰਕ ਹੈ ਅਤੇ ਜ਼ਿਆਦਾ ਤਬਕਾ ਹੁਣ ਪੰਜਾਬੀ ਫਿਲਮਾਂ ਵੇਖਣ ਵਾਲਾ ਪਿੰਡਾਂ ਦਾ ਸੋ ਉਹ ਡੈਫੀਨੇਟਲੀ ਉਵੇਂ ਦੀ ਬੋਲੀ ਹੀ ਸੁਣਨਾ ਪਸੰਦ ਕਰਨਗੇ ਹੈ ਨਾ ਤੋ ਜੇ ਮੈਂ ਹੋਰ ਕਿਸੇ ਲੈਂਗੁਏਜ ਦੇ ਵਿੱਚ ਮੈਂ ਡਬਿੰਗ ਕਰਨ ਦੀ ਕੋਸ਼ਿਸ਼ ਵੀ ਕਰਨਾ ਮੈਂ ਕਰ ਵੀ ਸਕਦਾ ਬਟ ਉਹ ਠੇਠ ਜਿਹੜਾ ਐਕਸੈਂਟ ਆ ਨਾ ਉਹ ਨਹੀਂ ਆ ਪਾਊਗਾ 100% ਅਤੇ ਜੇ ਮੈਨੂੰ ਲੱਗਦਾ ਤੁਸੀਂ 100% ਘੈਂਟ ਗੱਲਬਾਤ ਨਹੀਂ ਕਰ ਸਕਦੇ ਨਾ ਫਿਰ ਉਹ ਟਰਾਈ ਵੀ ਨਹੀਂ ਕਰਨੀ ਚਾਹੀਦੀ ਐਵੇਂ ਸਾਹਮਣੇ ਵਾਲਾ ਬੰਦਾ ਫਿਰ ਉਹ ਫੀਲ ਕਰਦਾ ਕੀ ਕਰੀ ਜਾਂਦਾ ਸਾਡੀ ਬੋਲੀ ਖਰਾਬ ਕਰੀ ਜਾਂਦਾ ਸੋ ਮੈਂ ਬਾਕੀ ਲੈਂਗੁਏਜ 'ਚ ਮੇਰੀ ਮੈਂ ਇਹੀ ਸਮਝਦਾ ਕਿ ਡੱਬ ਹੋਏ ਤਾਂ ਵਧੀਆ ਹੈ ਕਿਉਂਕਿ ਡੱਬਿੰਗ ਆਰਟਿਸਟ ਹੈ ਜਿਹੜਾ ਘੈਂਟ ਪ੍ਰੋਪਰ ਐਕਸੈਂਟ ਦੇ ਨਾਲ ਕਰ ਸਕਦਾ ਪਰ ਤੁਸੀਂ ਬੋਲ ਲੈਂਦੇ ਹੋ ਥੋੜੀ ਬਹੁਤ ਬੋਲ ਲੈਂਦੇ ਕਿਹੜੀ ਤਮਿਲ ਬੋਲ ਲੈਂਦੇ ਹੋ ਤੇਲਗੂ ਹਾਂ ਤੇਲਗੂ ਹਾਂਜੀ ਤੇ ਤੇਲਗੂ 'ਚ ਕੋਈ ਡਾਇਲੌਗ ਹੋ ਜਾਏ ਕਿਉਂਕਿ ਅਸੀਂ ਤਾਂ ਟੀਵੀ ਤੇ ਦੇਖਦੇ ਹਾਂ ਲਾਈਵ ਸੁਣਨ ਦਾ ਮੌਕਾ ਨਹੀਂ ਮਿਲਦਾ ਕਿਸੇ ਨੂੰ ਸਮਝ ਨਹੀਂ ਆਏਗਾ ਪੰਜਾਬੀ ਵਿੱਚ ਸਾਰੇ ਟ੍ਰਾਂਸਲੇਟ ਕਰਕੇ ਦੱਸੋਗੇ ਨਾ ਪੰਜਾਬੀ 'ਚ ਵੀ ਮੈਂ ਤੁਹਾਨੂੰ ਇੱਕ ਪਹਿਲੀ ਫਿਲਮ ਸੀਗੀ ਮੇਰੀ ਮਲਿਆਲਮ ਫਿਲਮ ਉਹਦਾ ਡਾਇਲੌਗ ਸੁਣਾ ਦੇਣਾ ਇੱਕ ਮਲਿਆਲਮ ਫਿਲਮ ਦੇ ਸਾਰੇ ਡਾਇਲੌਗ ਮੈਨੂੰ ਅੱਜ ਤੱਕ ਯਾਦ ਨੇ ਜਿਹੜੀ ਪਹਿਲੀ ਫਿਲਮ ਕੀਤੀ ਸੀ ਦਿਲ ਦੇ ਕਰੀਬ ਹੁੰਦੀ ਹੈ ਦਿਲ ਦੇ ਕਰੀਬ ਹੁੰਦੀ ਹੈ ਨਾ ਸੋ ਉਹਦਾ ਇੱਕ ਡਾਇਲੌਗ ਸੀਗਾ ਕਹਿੰਦਾ ਆਰੂ ਮਾਰੇ ਇਲ੍ਲਰ ਉਹਨੂੰ ਮੁਨ ਮਿਰਨ ਐਂਗਲ ਨੰਮੁੜੇ ਆਈਡੈਂਟੀਟੀ ਦੇ ਸਿਕਰੇ ਸਿਰ ਉਹਨੂੰ ਨੰਮੜੇ ਬਿੱਲ ਮੈਨੂੰ ਸਿਰਫ ਆਈਡੈਂਟੀ ਸਮਝ ਆ ਰਿਹਾ ਹੋਰ ਕੁਝ ਨਹੀਂ ਉਹ ਇਹਦਾ ਮਤਲਬ ਹੈ ਕਹਿੰਦਾ ਵੀ ਅੱਜ ਕੱਲ੍ਹ ਤੁਸੀਂ ਜਿਹੜੇ ਅਸੀਂ ਚਾਰ ਮੈਂਬਰ ਹੁੰਦੇ ਹਾਂ ਗਰੁੱਪ 'ਚ ਉਹ ਕਹਿੰਦਾ ਅੱਜ ਕੱਲ੍ਹ ਤੁਸੀਂ ਚਾਰੇ ਜਿਹੜੇ ਗਰੁੱਪ ਦੇ ਮੈਂਬਰ ਆ ਤੁਸੀਂ ਸਾਰੇ ਹੀਰੋ ਬਣ ਗਏ ਆ ਟੀ ਵੀ 'ਤੇ ਆਉਣ ਲੱਗ ਗਏ ਆ ਤੁਹਾਡੀ ਬਹੁਤ ਪਛਾਣ ਬਣ ਗਈ ਆ ਤੁਸੀਂ ਬਹੁਤ ਖੁਸ਼ ਆ ਤੁਸੀਂ ਸਮਝਦੇ ਆ ਵੀ ਇਹੀ ਜ਼ਿੰਦਗੀ ਆ ਜੀ ਸੋ ਦਿਸ ਇਜ਼ ਵਾਟ ਇਟ ਮੀਨਸ ਤੇ ਮੇਰੇ ਹੁਣ ਤੇਲਗੂ 'ਚ ਵੀ ਹੋ ਜਾਏ ਤੇਲਗੂ ਰਹਿਣ ਦਿਓ ਮੈਂ ਇੰਨਾ ਹੀ ਵਧੀਆ ਹਾਂਜੀ ਨਹੀਂ ਹੱਥ ਤੰਗ ਨਹੀਂ ਆ ਤੇਰਾ ਮੈਨੀ ਡਾਇਲੌਗ ਬਟ ਉਹ ਡਜ਼ਨਟ ਮੇਕ ਸੈਂਸ ਸਮਝ ਹੀ ਨਹੀਂ ਆਉਣੀ ਕਿਸੇ ਨੂੰ ਸਮਝ ਨਹੀਂ ਆਣੀ ਪੰਜਾਬੀ 'ਚ ਬੋਲਾਂਗੇ ਆਪਾਂ ਡਾਇਲੌਗ ਪੰਜਾਬੀ 'ਚ ਹੋ ਜਾਏ ਹਾਂਜੀ ਕਾਲਾ ਘੈਂਟਾ ਕਾਲਾ ਘੈਂਟਾ ਕਾਲੇ ਦਾ ਸੀਨ ਬਹੁਤ ਵਧੀਆ ਜਿਹੜਾ ਸਪੈਸ਼ਲੀ ਰੋਸ਼ਨ ਵੀਰ ਨਾਲ ਮੈਂ ਸੀਨ ਕੀਤਾ ਜਿਹੜਾ ਰੋਸ਼ਨ ਨੂੰ ਕੁੱਟਿਆ ਕੁੱਟਿਆ ਤਾਂ ਚਲੋ ਉਹ ਸੀਨ 'ਚ ਸੀਗਾ ਡਿਮਾਂਡ ਸੀਗੀ ਹੈ ਨਾ ਉੱਦਾਂ ਤਾਂ ਰੋਸ਼ਨ ਇੰਨਾ ਵਧੀਆ ਬੰਦਾ ਹੈ ਕਿ ਕੁੱਟਣਾ ਕੱਟਣਾ ਤਾਂ ਕਿੱਥੇ ਉਹਦਾ ਬਹੁਤ ਪਿਆਰਾ ਇਨਸਾਨ ਹੈ ਬਹੁਤ ਖੁਸ਼ੀ ਹੁੰਦੀ ਉਹਨਾਂ ਨੂੰ ਮਿਲ ਕੇ ਹੈ ਨਾ ਅਤੇ ਇਹ ਪੂਰਾ ਸੀਨ ਸੀਗਾ ਮੈਨੂੰ ਬਹੁਤ ਚੰਗਾ ਲੱਗਾ ਇਹ ਸਪੈਸ਼ਲੀ ਇਹ ਸੀਨ ਆ ਜਿਹੜਾ ਰੋਸ਼ਨ ਦੇ ਨਾਲ ਗੱਲਬਾਤ ਹੋ ਰਹੀ ਆ ਉਹ ਕਹਿੰਦਾ ਉਹਨੂੰ ਮੁੱਕਾ ਮਾਰਦਾ ਜਾ ਕੇ ਮੁੱਕਾ ਮਾਰਨ ਤੋਂ ਬਾਅਦ ਉਹਨੂੰ ਫੜ ਕੇ ਕਹਿੰਦਾ ਉਹਦਾ ਲਹੂ ਨਿਕਲਿਆ ਕਾਲਾ ਸਾਰੇ ਕਹਿੰਦੇ ਲਹੂ ਕਾਲਾ ਮੈਂ ਕਹਿੰਦਾ ਆਪਣੇ ਆਪ ਨੂੰ ਛਾ ਦਿੱਤਾ ਉੱਥੇ ਤੇ ਇੱਕ ਹੋਰ ਰੀਜਨ ਹੋ ਜਾਏ ਜਿਹੜਾ ਮੈਂ ਪੜ੍ਹਨਾ ਹੋਰ ਕਿਹੜੀ ਸਟੇਟ ਹੈ ਜਿਹਦੇ ਵਿੱਚ ਕੰਮ ਕਰਨਾ ਚਾਹੁੰਦੇ ਹੋ ਹਾਲੀਵੁੱਡ 'ਚ ਕੰਮ ਕਰਕੇ ਹੀ ਹਟਣਾ ਜੇ ਮੈਂ ਮੰਨਦਾ ਹੀ ਨਹੀਂ ਬਿਨਾ ਉੱਥੇ ਕੰਮ ਕਰ ਆਈ ਐਮ ਆਲਮੋਸਟ ਕਲੋਜ਼ ਆਈ ਐਮ ਵਰਕਿੰਗ ਔਨ ਮਾਈ ਮਾਈ ਇੰਗਲਿਸ਼ ਮਾਈ ਐਕਸੈਂਟ ਅਤੇ ਮੈਂ ਛੇਤੀ ਉੱਧਰ ਦਾ ਜਹਾਜ਼ ਫੜੂੰਗਾ ਅਤੇ ਐਲ ਏ ਜਾਊਂਗਾ ਅਤੇ ਮੈਂ ਡੈਫੀਨੇਟਲੀ ਕੰਮ ਕਰਕੇ ਹੀ ਮੰਨੂੰਗਾ ਕਿਹਦੇ ਨਾਲ ਕੰਮ ਕਰਨਾ ਵੈ ਜੇਮਸ ਕੈਮਰਨ ਡਾਇਰੈਕਟਰ ਨੇ ਜਿਹੜੇ ਟਾਈਟੈਨਿਕ ਆ ਤੁਸੀਂ ਅਵਤਾਰ ਦੇਖੀ ਹੋਣੀ ਆ ਬਹੁਤ ਘੈਂਟ ਫਿਲਮਾਂ ਬਣਾਉਂਦੇ ਨੇ ਉਹ ਉਹਨਾਂ ਦੀ ਹੁਣ ਉਮਰ ਤਾਂ ਕਾਫੀ ਹੋਣੀ ਹੋ ਗਈ ਹੁਣ ਅਵਤਾਰ 2 ਤੋਂ ਬਾਅਦ ਕੋਈ ਫਿਲਮ ਬਣਾਉਂਦੇ ਆ ਕਿ ਨਹੀਂ ਮੈਨੂੰ ਨਹੀਂ ਪਤਾ ਬਟ ਉਹਨਾਂ ਦੇ ਨਾਲ ਮੈਂ ਕੰਮ ਕਰਨਾ ਚਾਹੂੰਗਾ ਮੇਰਾ ਡ੍ਰੀਮ ਹੈ ਬਹੁਤ ਘੈਂਟ ਡਾਇਰੈਕਟਰ ਨੇ ਮੈਨੂੰ ਬਹੁਤ ਪਸੰਦ ਆ ਉਹਨਾਂ ਦੀਆਂ ਫਿਲਮਾਂ ਹੈ ਨਾ ਜੀ ਸੋ ਮੈਂ ਖੁਦਾ ਅੱਗੇ ਮੇਰੇ ਰੱਬ ਅੱਗੇ ਅਰਦਾਸ ਕਰਨਾ ਅਤੇ ਕਰਦਾ ਰਹਾਂਗਾ ਕਿ ਮੈਨੂੰ ਛੇਤੀ ਮੇਰਾ ਇਹ ਡ੍ਰੀਮ ਜਿਹੜਾ ਪੂਰਾ ਕਰੋ ਆਮੀਨ ਅਤੇ ਫਿਰ ਬਾਲੀਵੁੱਡ ਦੇ ਵਿੱਚ ਕਿਹੜਾ ਹੁਣ ਡ੍ਰੀਮ ਹੈਗਾ ਕਿ ਇਸ ਐਕਟਰ ਨਾਲ ਇਸ ਡਾਇਰੈਕਟਰ ਇਹ ਡਾਇਰੈਕਟਰ ਹੋਵੇ ਇਹ ਐਕਟਰੈਸ ਹੋਵੇ ਮੈਂ ਸਕਰੀਨ ਸ਼ੇਅਰ ਕਰਨੀ ਹੈ ਔਰ ਵਧੀਆ ਕੰਟੈਂਟ ਆਏ ਮੈਨੂੰ ਆਮਿਰ ਖਾਨ ਐਜ਼ ਏ ਐਕਟਰ ਬਹੁਤ ਚੰਗੇ ਲੱਗਦੇ ਨੇ ਜੇ ਉਹਨਾਂ ਦੇ ਨਾਲ ਕਿਸੇ ਫਿਲਮ 'ਚ ਰਾਜਕੁਮਾਰ ਆਪਣਾ ਨੋਟ ਸੰਤੋਸ਼ੀ ਜੀ ਉਹਨਾਂ ਨਾਲ ਮੈਂ ਫਿਲਮ ਕਰ ਰਿਹਾ ਸੀਗਾ ਆਪਣੇ ਜਿਹੜੇ ਪੀ ਕੇ ਦੇ ਡਾਇਰੈਕਟਰ ਨੇ ਸੋਰੀ ਰਾਜਕੁਮਾਰ ਹੀਰਾਨੀ ਜੀ ਸੋ ਰਾਜਕੁਮਾਰ ਹੀਰਾਨੀ ਜੀ ਮੇਰੇ ਫੇਵਰੇਟ ਡਾਇਰੈਕਟਰ ਨੇ ਮੈਂ ਉਹਨਾਂ ਦਾ ਨਾਮ ਪਤਾ ਨਹੀਂ ਕਿਵੇਂ ਸਲਿਪ ਹੋ ਗਿਆ ਮੇਰੀ ਜ਼ੁਬਾਨ ਤੋਂ ਉਹਨਾਂ ਨਾਲ ਕੰਮ ਕਰਨਾ ਚਾਹੂੰਗਾ ਮੈਨੂੰ ਬਹੁਤ ਘੈਂਟ ਲੱਗਦੇ ਨੇ ਉਹਨਾਂ ਦੀ ਹਰ ਫਿਲਮ ਹਰ ਇੱਕ ਕਿਰਦਾਰ ਦੇ ਵਿੱਚ ਹਰ ਇੱਕ ਸੀਨ ਦੇ ਵਿੱਚ ਉਹ ਇੰਨੀ ਜਾਣ ਪਾਉਂਦੇ ਨੇ
ਕਿ ਤੁਸੀਂ ਇੱਕ ਫਰੇਮ ਵੀ ਉਹਨਾਂ ਦਾ ਮਿਸ ਕਰਨਾ ਨਹੀਂ ਚਾਹੁੰਦੇ। ਬਿਲਕੁਲ। ਔਰ ਆਮਿਰ ਖਾਨ ਮੈਨੂੰ ਉਨੇ ਹੀ ਵਧੀਆ ਐਕਟਰ ਲੱਗਦੇ ਨੇ, ਸੋ ਇਹਨਾਂ ਦੋਵਾਂ ਦੇ ਕੰਬੀਨੇਸ਼ਨ 'ਚ ਅਗਰ ਮੈਨੂੰ ਕੋਈ ਫਿਲਮ ਚੰਗਾ ਰੋਲ ਮਿਲਦਾ ਤਾਂ ਮੇਰਾ ਫਿਰ ਸਫਲ ਹੋ ਜਾਣਾ ਕੰਮ ਬਾਲੀਵੁੱਡ 'ਚ ਕਰਨਾ। ਨਹੀਂ ਹੋ ਜਾਣਾ ਹੈ ਬਾਲੀਵੁੱਡ, ਹਾਲੀਵੁੱਡ, ਪੰਜਾਬੀ, ਮਲਿਆਲਮ, ਤੇਲਗੂ ਅਤੇ ਚਾਈਨੀਜ਼, ਹੁਣ ਮਤਲਬ ਮੁੰਡੇ ਨੇ ਹਰ ਜਗ੍ਹਾ 'ਤੇ ਆਪਣਾ ਜਿਹੜਾ ਹੈਗਾ ਇੱਕ ਵੱਖਰਾ ਰੁਤਬਾ ਬਣਾਇਆ, ਇੱਕ ਪਹਿਚਾਣ ਬਣਾਈ ਹੈ। ਅਤੇ ਸਮਾਂ ਸਾਡੇ ਕੋਲ ਹੁਣ ਨਾ ਖਤਮ ਹੀ ਹੋ ਗਿਆ ਕਿਉਂਕਿ ਸਾਡੇ ਕੋਲ ਗੱਲਾਂ ਇੰਨੀਆਂ ਜ਼ਿਆਦਾ, ਆਪਾਂ ਜਲਦੀ ਫਿਰ ਮਿਲਾਂਗੇ ਅਤੇ ਹੋਰ ਗੱਲਾਂ ਬਾਤਾਂ ਕਰਾਂਗੇ। ਔਲ ਦਾ ਬੈਸਟ ਫੋਰ ਯੋਰ ਫਿਊਚਰ, ਅਤੇ ਜਿਹੜਾ ਤੁਹਾਡਾ ਡਰੀਮ ਆ ਹਾਲੀਵੁੱਡ 'ਚ ਹੁਣ ਧਾਕ ਪਾਉਣ ਦਾ, ਉਹ ਛੇਤੀ ਪਰਮਾਤਮਾ ਪੂਰਾ ਕਰੇ ਅਤੇ ਫਿਰ ਹਾਲੀਵੁੱਡ ਤੋਂ ਬਾਅਦ ਸਿੱਧਾ ਇੱਥੇ ਸਾਡੇ ਕੋਲ ਆਇਆ। ਹਾਂਜੀ ਹਾਂਜੀ, ਪੰਜਾਬ ਤਾਂ ਆਪਾਂ ਰਹਿਣਾ ਹੀ ਹੈ, ਪੰਜਾਬ ਤਾਂ ਨਾ ਕਦੇ ਛੱਡਿਆ ਗਿਆ ਅੱਜ ਤੱਕ ਅਤੇ ਨਾ ਛੱਡਿਆ ਜਾਣਾ। ਸੋ ਆਪਣੀ ਪੰਜਾਬੀ ਬੋਲੀ, ਆਪਣਾ ਪਿੰਡ, ਆਪਣਾ ਸ਼ਹਿਰ, ਆਪਣਾ ਇਸਟੇਟ ਜ਼ਿੰਦਾਬਾਦ ਥਾ, ਜ਼ਿੰਦਾਬਾਦ ਹੈ ਔਰ ਜ਼ਿੰਦਾਬਾਦ ਹੀ ਰਹੂਗਾ। ਕਿਆ ਬਾਤ, ਸੰਨੀ ਭਾਅ ਜੀ ਵੀ ਅੱਜ ਵਿਕਰਮ ਦੇ ਵਿੱਚ ਆ ਗਏ ਨੇ, ਥੈਂਕ ਯੂ ਸੋ ਮਚ ਵਿਕਰਮ, ਆਪਾਂ ਜਲਦੀ ਮਿਲਾਂਗੇ। ਅਤੇ ਖਾਸ ਮੁਲਾਕਾਤ ਦੇ ਵਿੱਚ ਅੱਜ ਵਿਕਰਮਜੀਤ ਸਿੰਘ ਨੇ ਕਾਫੀ ਰੌਣਕਾਂ ਲਾਈਆਂ ਸਾਡੇ ਨਾਲ, ਅਤੇ ਤੁਸੀਂ ਸਾਰੇ ਜਣੇ ਜਿਹੜੇ ਹੈਗੇ ਇਹਨਾਂ ਨੂੰ ਪਿਆਰ ਜ਼ਰੂਰ ਦਿੰਦੇ ਰਹੋ, ਅਤੇ ਹੁਣ ਮੈਨੂੰ ਦਿਓ ਵਿਦਾ, ਤੁਸੀਂ ਬਣ ਰਹੋ ਸਾਡੇ ਨਾਲ।